नौकर था पीसा पुनहारे दस में वस्ता लक्ष पार ताहिर शब्द भरी जल निर्मल गुरमुख मैर न लाई राव सस दीपक जो सवाई आपे कर वेख बड़े आई जो स्त्रू सदा सुहदाता सच्चे सोभा पाई कड़ में हाट पटन वापारा पूरे तोल तो लैवन जारा आपे रतन विसाही लेवाए आपे कीमत पाई कीमत पाई पावन हार बेप्रवाह पूरे पंडार सर्व कला ले आपे रहया गुरमुख सह बुझाई नजर करे पूरा गुरु भेट जम चंदार न मारे फिट क्यों जाले अंतर कमल विगासी आपे विगसते आईदा आपे वरखा अमृत धारा रत्न द्वेहर लाल अपार सतगुर मिला ता पूरा पाईया प्रेम पदार्थ पाईदा प्रेम पदार्थ लाया मोलो कभी न काढ़ पूरा तोलो सच्ची कावा पारी हुवे सचो सौदा पाईदा सच्चा सौदा विरला को पाए पूरा सतगुर मिला मिलाए गुरमुख हुए सो हुक्म पछाणे माने हुक्म समाए दा हुक्मे आया हुक्म समाया हुक्मे दिसे जग तो पाया हुक्मे सुरग मच पयाला हुक्मे कला रहाए दा हुक्मे धरती तौल सिर भारू हुक्मे पौन पानी गहनारू हुक्मे सिर सक्ति घर वासा हुक्मे खेल खेलाए दा हुक्मे आडाणे आगासी हुक्मे जल तल तर भवन वास हुक्मे सास ग्रास सदाफुन हुक्मे देख दिखाए दा हुक्मो पाए दस अवतारा देवदार अगण ते अपारा माने हुक्म सुतर गए पैज साज मिलाए समाए दा हुक्मे जुग शक्ति गुदारे हुक्मे सिद्ध साध गुविचारे आप नाथ नथी साहब जाकी बख्शे मुक्त कराए दा कया कोटगढ़ मैं राजा नेव खवास तला दरवाजा इत्या लोभ नाही कर वास्ता लब पाव पछताए दा तस तो नगर मैं कारी जत तल संजम सरण मुरारी नानक सहज मिले जग जीवनो गुर साहब दी पत पाए दा तस संतोख नगर मैं कारी जत तल संजम सरण मुरारी नानक सहज मिले जग जीवन गुर साहब दी पत पाएगा वाहिगुरु जी का खालसा वाहिगुरु जी की फतेह सतगुरु संता योग हो गुरु बैठे हो प्यारी गुरु रसना तो पक्ष बेशर दे नाम का स्मरण करके रस मनमुलियां दाता सब संगत दर्शन आज तो हो लाल नजर संगता दी गुरु रूप संगता दी दृष्टि तो इस प्रकार बिरथा साध मिलाप संगता दा मिलाप गुरु दा मिलाप एक कदे व्यर्थ नहीं जा सकता इतिहासक पक्ष विच झाती मार के देख लो धन गुरु नानक पातशाह तो जेकर कौड़े रेठे दे हेठां बैठे आ ते सिद्धां दे कहण तों दृष्टि पाई जो हुण तक मिठे ने संगतां नूं प्रसाद मिलदा कदे रेठा भी किसे मुल्क च किसे थां मिठा मिले
ਕਿਸੇ ਦੈਸ ਪੈਸਦਾਨ ਨੂੰ ਕਹੋ ਕੋਈ ਯਤਨ ਕਰਕੇ ਮਿੱਠਾ ਕਰ ਦੇਵੇ, ਉਥੋਂ ਬੀ ਲੈ ਆਵੇ, ਕੋਈ ਕਿਉਂਦ ਲੈ ਆਵੇ, ਕੋਈ ਯਤਨ ਕਰਕੇ ਵੇਖੇ ਮਿੱਠਾ ਬਣਾ ਦੀਏ ਰੇਟਾਂ ਕਿਵੇਂ ਬਣਾ ਦੂ ਕੋਈ। ਗੁਰੂ ਦੀ ਪ੍ਰਤੱਖ ਕਲਾ ਸਾਹਮਣੇ ਤੁਹਾਡੀ। ਕਰਤਾਰਪੁਰ ਸਾਹਿਬ ਰਹਿੰਦਿਆਂ ਸਾਹਿਬ ਸੱਚੇ ਪਾਤਸ਼ਾਹ ਪੁੱਤਰਾਂ ਨੂੰ ਕਿਹਾ, ਪਰਖ ਚੋਂ ਹਾਰ ਗਏ ਲਹਿਣੇ ਨੂੰ ਕਿਹਾ ਕਿ ਕਿੱਕਰ ਤੇ ਚਾੜ ਤੇ ਮਠਿਆਈ ਚਾੜ। ਮੰਨ ਲੂ ਕੋਈ ਪ੍ਰਤੱਖ ਤੌਰ ਤੇ ਇਤਿਹਾਸ ਤੁਹਾਡੇ ਸਾਹਮਣੇ, ਉਸ ਗੁਰੂ ਦੇ ਚਰਨਾਂ ਚ ਬੈਠੇ ਹੈ, ਉਹਦੀ ਜੋਤ ਹੈ, ਉਹਦੀ ਸੰਗਤ ਹੈ। ਜਦੋਂ ਭਾਵ ਲਹਿਣਾ ਚ ਕਿੱਕਰ ਤੇ ਚੜ੍ਹਨ ਲੱਗੇ ਸੀ, ਗੁਰੂ ਕੇ ਪੁੱਤਰਾਂ ਤੇ ਹੋਰਨਾਂ ਕਿਹਾ ਲਹਿਣਿਆ ਕਮਲਾ ਹੋ ਗਿਆ, ਗੁਰੂ ਤੇ ਬਿਰਧ ਹੋਇਆ। ਕਹਿੰਦਾ ਮਠਿਆਈ ਝਾੜ ਕਿੱਕਰ ਤੋਂ, ਤੇ ਸਿਦਕ ਸੀ ਤੇ ਭਰੋਸਾ ਸੀ, ਪਰਦਾ ਦੂਰ ਕੀਤਾ ਸੀ ਮਹਾਰਾਜ ਸਾਹਿਬ ਨੇ ਲਹਿਣਾ ਜੀ ਦਾ। ਕਹਿੰਦਾ ਮੈਂ ਸੇਵਾਦਾਰ ਹਾਂ, ਸੇਵਾ ਕਰਨੀ ਹੈ, ਹੁਕਮ ਮੰਨਣਾ ਹੈ। ਮਠਿਆਈ ਝਾੜਨ ਨਾ ਝਾੜਨ ਨਾਲ ਮੇਰਾ ਕੋਈ ਸੰਬੰਧ, ਇਹ ਗੁਰੂ ਜਾਣੇ। ਮਿਠਿਆ ਬੇਅੰਤ ਮਠਿਆਈਆਂ ਕਈ ਪ੍ਰਕਾਰ ਦੀਆਂ ਝੜੀਆਂ ਤੇ ਸੰਗਤਾਂ ਨੇ ਛਕੀਆਂ, ਆਨੰਦ ਮਾਣਿਆ। ਸੁਣਿਆ ਹੋਣਾ ਤੁਸੀਂ ਮਰਦਾਨੇ ਨੂੰ ਭੁੱਖ ਲੱਗ ਗਈ, ਕਈ ਵਾਰੀ ਲੱਗੀ, ਸਾਨੂੰ ਵੀ ਲੱਗਦੀ ਹੈ, ਅਡੋਖੇ ਨੀ ਲੱਗਦੀ, ਸਰੀਰ ਅੰਨਮੈ ਕੋਸ਼, ਇਹਨੂੰ ਲੋੜ ਪੈਂਦੀ ਹੈ। ਸਤਿਗੁਰੂ ਜੀ ਦੀਆਂ ਭੁੱਖਾਂ ਨੇੜ ਦੇਣ ਉਹਨੂੰ ਨਹੀਂ ਲੱਗਦੀ। ਔਦਕ ਜੀ ਮਹਾਰਾਜ ਸਾਹਿਬ ਦੇ ਤੇ ਕੌੜਾ ਅੱਗ ਜ਼ਹਿਰ ਖਾ ਲੈਣ ਨਾਲ ਮੌਤ ਹੁੰਦੀ ਹੈ, ਉਹਦੀਆਂ ਕੁੰਨੀਆਂ ਤੋੜ ਲਾ, ਲਾਲਚ ਕਰਕੇ ਪੱਲੇ ਨਾ ਬੰਨੀ ਤੇ ਬੰਨ ਲਈਆਂ, ਫਿਰ ਉਹੀ ਕੌੜੀਆਂ ਹੋ ਗਈਆਂ। ਸਮੇਂ ਨਾ ਖਾਧੀਆਂ ਗੁਰੂ ਕਹਿਣ ਤੋਂ ਤੇ ਮਿੱਠੀਆਂ ਹੋ ਗਈਆਂ, ਖੁਰਾਕ ਬਣ ਗਈਆਂ। ਇਸ ਤਰ੍ਹਾਂ ਗੁਰਮੁਖੋ ਧਿਆਨ ਦੇ ਕੇ ਵੇਖੋ ਗੁਰੂ ਨੇ ਕੀ ਨੀ ਕੀਤਾ। ਮਹਾਰਾਜ ਸਾਹਿਬ ਜੀ ਵਾਪਸ ਆਏ, ਯਾਤਰਾ ਕਰਕੇ ਮਰਦਾਨਾ ਕਹਿੰਦਾ ਜੀ ਘਰ ਜਾਣਾ ਹੈ, ਚੰਗਾ ਚਲਿਆ ਜਾ, ਇੰਨੇ ਚਿਰ ਬਾਅਦ ਆਇਆ ਮੈਂ, ਘਰ ਲੈ ਕੇ ਕੀ ਜਾਵਾਂ, ਘਰ ਦੇ ਕੀ ਕਹਿਣਗੇ, ਕੀ ਮੋਹ ਵਿਖਾਵਾਂ, ਰੋਡ ਇਕੱਠੇ ਕੀਤੇ ਲੈ ਪੱਲੇ ਬੰਨ ਲਾ। ਘਰ ਜਾ ਕੇ ਖੋਲੇ ਸਾਰੇ ਸੋਨੇ ਦੇ, ਖੁਸ਼ ਹੋ ਗਿਆ, ਪ੍ਰਸੰਨ ਹੋ ਗਿਆ। ਫਿਰ ਤੁਰੇ ਜਾ ਰਹੇ ਸਨ, ਕਹਿੰਦਾ ਜੀ ਬੜੀ ਭੁੱਖ ਨੇ ਸਤਾਇਆ, ਚੱਲ ਮਰਦਾਨੇ ਆ, ਅੱਗੇ ਬਸੰਬਰਪੁਰ ਪਟਨਾ ਸ਼ਹਿਰ ਬਸੰਬਰਪੁਰ ਆ ਰਹੇ, ਤੈਨੂੰ ਪਦਾਰਥ ਖਵਾਵਾਂਗੇ। ਮਹਾਰਾਜ ਸਾਹਿਬ ਜੇਬ ਵਿਚ ਤੇ ਇਕ ਪੈਸਾ ਵੀ ਨਹੀਂ, ਸਾਨੂੰ ਪਦਾਰਥ ਕੌਣ ਖਵਾਉ। ਤੇ ਤੁਰੇ ਜਾਂਦਿਆਂ ਮਿੱਟੀ ਚ ਪੈਰ ਮਾਰਿਆ ਤੇ ਲਾਲ ਨਿਕਲਿਆ, ਕਿੰਨੇ ਉਥੇ ਰੱਖਿਆ ਸੀ, ਕਿੰਨ ਲੁਕਾਇਆ ਸੀ, ਕਿੱਥੋਂ ਆਇਆ ਸੀ, ਮਿੱਟੀ ਨੂੰ ਲਾਲ ਬਣਾ ਲਿਆ, ਦ੍ਰਿਸ਼ਟੀ ਨਾਲ ਹੀ ਬਣਾ ਲਿਆ, ਲੈ ਚੁੱਕ ਲਾ, ਇਹ ਬੜਾ ਕੀਮਤੀ ਹੈ। ਸ਼ਹਿਰ ਜਾ ਕੇ ਮੁੱਲ ਪਵਾਇਆ ਤੇ ਜਿਹਨੂੰ ਨਹੀਂ ਸੀ ਕਦਰ ਉਹਨਾਂ ਤੇ ਕੁਝ ਵੀ ਨਾ ਪਾਇਆ, ਤੇ ਜਿਹਨਾਂ ਨੂੰ ਕਦਰ ਸੀ ਉਹਨਾਂ ਮੱਥਾ ਟੇਕਿਆ ਲਾਲ ਨੂੰ, ਤੇ ਦਰਸ਼ਨੀ ਭੇਟ ਹੀ 100 ਰੁਪਈਆ ਦਿੱਤਾ। ਇਸ ਪ੍ਰਕਾਰ ਲੰਬੀ ਚੌੜੀ ਸਾਖੀ, ਹੁਣ ਵੀ ਜਾ ਕੇ ਵੇਖ ਲੋ, ਸਨਾਰ ਟੋਲੀ ਗੁਰਦੁਆਰਾ ਬਣਿਆ, ਉਸ ਜਲ ਭਾਵ ਉਹਦਾ ਭਾਵ ਉੱਥੇ ਗੁਰਦੁਆਰਾ ਬਣਿਆ ਹੈ, ਤਾਲਸਰਾਏ ਜੌਹਰੀ ਦਾ, ਉਹਦੇ ਸਥਾਨ ਤੇ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਹੈ। ਇੰਨੀਆਂ ਸਾਖੀਆਂ ਨੀ, ਬਾਣੀਆਂ ਕਹਾਣੀਆਂ ਬਹੁਤ ਨੇ, ਸੁੱਤੇ ਫੁਰਨੇ ਦੀ ਆਈਆਂ। ਗੁਰੂ ਕੇ ਦਰਸ਼ਨ ਹੈ ਤੇ ਗੁਰੂ ਦੀ ਦ੍ਰਿਸ਼ਟੀ ਸਾਡੇ ਤੇ ਪੈ ਰਹੀ ਹੈ ਤੇ ਬਾਣੀ ਦੀ ਆਵਾਜ਼ ਪੈ ਰਹੀ ਹੈ, ਐਦੋ ਚੰਗਾ ਥਾਂ ਨੀ ਕੋਈ ਦੁਨੀਆਂ ਦਾ ਹੋਰ ਹੋਵੇਗਾ, ਨਹੀਂ ਹੋ ਸਕਦਾ। ਤੀਜੇ ਸਰੂਪ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਗੋਇੰਦਵਾਲ ਸਾਹਿਬ ਸਜੇ ਹੈ। ਧੰਨ ਗੁਰੂ ਜੇਠਾ ਜੀ ਰਾਮਦਾਸ ਬੰਡ ਵਾਲਿਆਂ ਦੀ ਪਤਨੀ, ਗੁਰੂ ਕੀ ਪੁੱਤਰੀ ਬੀਬੀ ਭਾਨੀ ਨੀਵੀਂ ਪਾ ਕੇ ਬੈਠੀ। ਗੁਰੂ ਅਮਰਦਾਸ ਪੁੱਛਿਆ, ਬੇਟੀ ਉਦਾਸ ਜੀ ਬੈਠੀ ਹੈ, ਕਾਰਨ ਕੀ ਹੈ? ਕਿ ਸਾਡਾ ਸਰੀਕਾ ਬਰਾਦਰੀ ਆਂਢ ਗੁਆਂਢ ਸਾਰੇ ਮੀਰ ਨੇ, ਚੰਗੇ ਵਸਤਰ ਪਾਉਂਦੇ ਆ, ਵਧੀਆ ਗਹਿਣੇ ਪਾਉਂਦੇ ਆ, ਸਾਡੇ ਕੋਲ ਕੁਛ। ਹੱਸ ਕੇ ਗੁਰੂ ਸਾਹਿਬ ਕਹਿਣ ਲੱਗੇ, ਇੱਟ ਪਈ ਹੋਈ ਸੀ ਨਘੜਦ ਜਿਹੀ, ਜੇ ਇੰਨਾ ਕੁ ਸੋਨਾ ਹੋਵੇ ਤੇ ਜਿੰਨਾ ਤੇ ਸਰ ਜਾਊ, ਖੁਸ਼ ਹੋ ਜਾਏਗੀ। ਪਿਤਾ ਤੁਸੀਂ ਜਾਣੀ ਜਾਣੀ ਹੋ, ਦ੍ਰਿਸ਼ਟੀ ਪਾਈ ਉਸ ਪੱਥਰ ਤੇ, ਉਸ ਇੱਟ ਤੇ, ਚੁੱਕ ਲਾਏ ਸਿਰ ਸਾਰੀ ਸੋਨੇ ਦੀ, ਆਨੰਦੋ ਆਨੰਦ ਕਰ ਦਿੱਤਾ। ਇਸ ਪ੍ਰਕਾਰ ਗੁਰਮੁਖੋ ਗੁਰੂ ਕੀ ਨੀ ਕਰਦਾ ਤੇ ਕੀ ਨੀ ਕਰਦਾ, ਆਇਆ ਹੁੰਦਾ ਆਇਆ ਤੇ ਗਾਂ ਖੜੇਗਾ। ਸੋ ਲੋਹੇ ਨੂੰ ਲਾਲ ਬਣਾਉਂਦਾ, ਪੱਥਰ ਨੂੰ ਮੋਤੀ ਬਣਾਉਂਦਾ, ਪੱਕਾਂ ਨੂੰ ਭਾਅ ਮਿੱਠੀਆਂ ਬਣਾਉਂਦਾ, ਰੇਠੇ ਮਿੱਠੇ ਬਣਾਉਂਦਾ। ਹੁਣ ਉਹ ਬਿਰਧ ਹੋ ਗਿਆ, ਹੁਣ ਉਹ ਪੁਰਾਣਾ ਹੋ ਗਿਆ, ਸਾਡੇ ਯਕੀਨ ਚ ਭਾਵੇਂ ਫਰਕ ਪੈ ਗਿਆ ਹੋ, ਸਾਡੀ ਸਰਧਾ ਚ ਭਾਵੇਂ ਫਰਕ ਪੈ ਗਿਆ ਹੋ। ਵੇਖ ਲੋ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੋ ਤਨਖਾਹਾਂ ਮੰਗੀਆਂ ਮੇਰੇ ਵਰਗੇ ਲਾਲਚੀਆਂ ਨੇ, ਤੇ ਜਾਓ ਲਿਆਓ ਪੁੱਟ ਕੇ ਮਿੱਟੀ ਚੋਂ ਢੇਰ, ਮਿੱਟੀ ਦਾ ਪੁੱਟਿਆ ਤੇ ਵਿਚੋਂ ਨਿਕਲਿਆ ਖਜ਼ਾਨਾ, ਖੱਚਰਾਂ ਭਰ ਕੇ ਲਿਆਏ, ਢਾਲਾਂ ਭਰ ਭਰ ਵੰਡਿਆ, ਵਰ ਗਿਆ ਜੀ ਉੱਥੇ ਨਾ ਪਿਆਓ। ਤੇ ਕਈ ਫੇਰ ਪੁੱਟਣ ਚਲੇ ਗਏ, ਹੁਣ ਮਿਲ ਜਾਊ, ਕਿੱਥੋਂ ਮਿਲਣਾ ਸੀ। ਇਹ ਤੇ ਗੁਰੂ ਕੇ ਆਪਣੇ ਕੌਤਕ ਨੇ,
ਉਹਦਾ ਨਾਂ ਹੈ ਮਾਲ ਟੇਕਰੀ। ਹੁਣ ਤੱਕ ਉੱਥੇ ਖਜ਼ਾਨਾ ਮਾਲ ਟੇਕਰੀ। ਆਉਣ ਵਾਲੇ ਸਮੇਂ ਸਾਡੇ ਸਿੰਘਾਂ ਦਾ ਢਾਈਆਂ ਦੜਾਂ ਦੀ ਰਸਤ ਹੋਵੇਗੀ, ਜਦੋਂ 96 ਕਰੋੜ ਗਿਣਤੀ ਹੋਵੇਗੀ। ਇਸ ਪ੍ਰਕਾਰ ਇਹ ਮਾਲਕ ਦੇ ਆਪਣੇ ਕੌਤਕ ਨੇ। ਸਮਾਂ ਆਇਆ ਸੀ ਜਿੰਨਾ ਧਨ ਜਿੰਨਾ ਖਜ਼ਾਨਾ ਜੋ ਵੀ ਕੁਛ ਸ਼ਹਿਤਰਾ ਵਗੈਰਾ ਗਾਗਰੇ ਦਰਿਆ ਦੇ ਬਰੇਤੇ ਵਿਚ ਪਲੰਘਾ ਡਾਹ ਕੇ ਹਜ਼ੂਰ ਬਹਿ ਗਏ, ਪਿਆਓ ਸਿੰਘੋ ਸਾਰਾ ਖਜ਼ਾਨਾ ਭਰ ਭਰ ਟੋਕਰੇ ਤੇ ਪੰਡਾਂ ਸੁੱਟੀ ਗਏ, ਟੋਵਾ ਕੱਢ ਕੇ ਰੇਤ ਵਿਚੋਂ ਸਟਾਈ ਗਏ, ਪਤਾ ਨੀ ਕਿੱਧਰ ਜਾ ਰਹੇ। ਕਰਨ ਦੇਵਤਾ ਜਾਣੇ, ਕਲਗੀਆਂ ਵਾਲਾ ਜਾਣੇ, ਸਭ ਖਜ਼ਾਨੇ ਖਾਲੀ ਕਰ ਦਿੱਤੇ, ਚਲੇ ਗਏ ਤੇ ਸ਼ਾਮ ਨੂੰ ਚਲੇ ਗਏ ਲਾਲਚੀ ਦੁਨੀਆਂ ਦੇ ਰਾਜੇ ਤੇ ਹੋਰ ਲੋਕ ਗੱਡੇ ਲੈ ਕੇ। ਬੜਾ ਖਜ਼ਾਨਾ, ਕੁਛ ਨੀ ਲੱਭਾ ਹੁਣ ਤੱਕ, ਉਹ ਤੁਹਾਡੇ ਵਾਸਤੇ ਰੱਖਿਆ, ਪੁੱਤਰਾਂ ਲਈ ਰੱਖਿਆ, ਤੁਹਾਨੂੰ ਹੀ ਮਿਲਣਾ, ਵਰਤ ਲਿਓ ਜਿੰਨਾ ਮਰਜ਼ੀ ਏ, ਮੁੱਕਣ ਵਾਲਾ ਨਹੀਂ। ਜੇ ਹੀਰਾ ਦਿੱਤਾ ਕਿਸੇ ਨੇ, ਨਗੀਨਾ ਦਿੱਤਾ ਕਿਸੇ ਨੇ, ਤੇਰੀ ਜਮਾਰ ਝਾਤੀ ਬੇਅੰਤ ਹੀਰੇ ਕਿੱਥੋਂ ਆ ਗਏ। ਗੁਰਮੁਖੋ ਗੁਰੂਆਂ ਦੀਆਂ ਗੱਲਾਂ ਤੇ ਗੁਰੂ ਸਿੱਖਾਂ ਦੀਆਂ ਕਦੋਂ, ਮਹਾਤਮਾ ਦੀਆਂ ਕਦੋਂ ਘੱਟ। ਗੜੀਆ ਜੀ ਗੁਰੂ ਕਾ ਸਿੱਖ, ਛੇਵੇਂ ਪਾਤਸ਼ਾਹ ਜੀ ਦਾ ਭੇਜਿਆ ਪ੍ਰਚਾਰ ਲਈ ਪੀਰ ਤੇ ਤੁਰ ਕੇ ਗਿਆ ਤੇ ਰਾਹ ਵਿਚ ਸ਼ਾਹ ਦੌਲੇ ਕੋਲ ਰਾਤ ਕੱਟੀ, ਸੁਖਮਨੀ ਸਾਹਿਬ ਦਾ ਪਾਠ ਸੁਣਾਇਆ। ਮੁਸਲਮਾਨ ਫਕੀਰ ਕੁਝ ਰਿਧੀਆਂ ਸਿੱਧੀਆਂ ਦਾ ਮਾਲਕ ਬੜਾ ਖੁਸ਼ ਹੋਇਆ, ਗੁਰੂ ਕੀ ਸੱਚੀ ਤੇ ਸੁੱਚੀ ਤੇ ਮਿੱਠੀ ਬਾਣੀ ਦੁਨੀਆਂ ਦੇ ਕਿਸੇ ਗ੍ਰੰਥ ਵਿਚ ਨਹੀਂ, ਨਾ ਇਹੋ ਜਿਹੀ ਸੰਦਾਬੰਦੀ, ਨਾ ਇਹੋ ਜਿਹਾ ਲਿਹਾਜ਼ਾ ਬੋਲਣ ਦਾ, ਨਾ ਇੰਨਾ ਵਿਰਾਗ, ਨਾ ਇੰਨਾ ਗਿਆਨ, ਨਾ ਇੰਨੀ ਬਖਸ਼ ਕਰਨ ਵਾਲੀ। ਬੜਾ ਪ੍ਰਸੰਨ ਹੋਇਆ। ਜਦੋਂ ਵਾਪਸ ਤੋਰਨ ਵਾਸਤੇ ਗੜੀਆ ਜੀ ਨੂੰ ਸਾਹ ਦੌਲਾ ਤੁਰਿਆ, ਅੱਗੇ ਗੜੀਆ ਜੀ ਆ ਰਹੇ ਨੇ, ਬਸਤਰ ਮੈਲੇ ਜਏ ਨੇ, ਜੋੜਾ ਟੁੱਟਾ ਹੋਇਆ ਪੈਰਾਂ ਦਾ, ਤੁਰਦੇ ਨੇ ਚਿੱਬੀ ਜੀ ਜੁੱਤੀ, ਧੱਟਾ ਚੁੱਕ ਚੁੱਕ ਕੇ ਤਾਂ ਖੁੱਚਾਂ ਨੂੰ ਮਾਰਦੀ ਤੇ ਦੌਲੇ ਦੇ ਮਨ ਚ ਆਈ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਸਿੱਖੀ ਪ੍ਰਚਾਰ ਲਈ ਭੇਜਿਆ, ਪਰ ਗਰੀਬੀ ਕਿੰਨੀ ਹੈ, ਕਿਤੇ ਜੁੱਤੀ ਲੈ ਦਿੰਦੇ ਮਹਾਰਾਜ ਸਾਹਿਬ ਸਿੱਖ ਨੂੰ, ਕੋਈ ਵਸਤਰ ਹੀ ਚੰਗੇ ਲੈ ਦਿੰਦੇ। ਚੱਲ ਮੇਰੇ ਕੋਲ ਜੋ ਰਿਧੀਆਂ ਸਿੱਧੀਆਂ, ਮੈਂ ਕੁਝ ਦੇ ਦਿੱਤਾ। ਉੱਚੀ ਨਹੀਂ ਦੌਲੇ ਦੇ ਮਨ ਚ ਆਇਆ ਕਿ ਮੈਂ ਏਵੇਂ ਕਰਾਂ। ਇਸ਼ਾ ਭਾਵ ਉਸ ਮੌਕਾ ਗੜੀਆ ਗੁਰੂ ਕੇ ਸਿੱਖ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਗੁਰੂ ਨਾਨਕ ਦਾ ਸਿੱਖ ਚੀਤਾ ਛੱਡਣ ਦੇ ਬਹਾਨੇ ਬਹਿ ਕੇ ਧਰਤੀ ਸੋਨੇ ਦੀ ਬਣਾਣੀ ਤੇ ਜਿੰਨੇ ਰੋਡ ਸੀ ਉੱਥੇ ਪਏ ਸਭ ਹੀਰੇ ਜਵਾਹਰਾਤ ਬਣਾਉਂਦੇ, ਚਮਕਾਂ ਮਾਰਦੇ। ਦੌਲੇ ਦੀ ਨਿਗਾਹ ਪਈ ਤੇ ਹੈਰਾਨ ਹੋ ਗਿਆ, ਸਿੱਖਾ ਇੰਨੀ ਸ਼ਕਤੀ ਦਾ ਮਾਲਕ ਹੈ, ਇਹੋ ਜਿਹਾ ਵੇਸ ਰੱਖਿਆ ਹੋਇਆ ਗਰੀਬੀ ਵਾਲਾ। ਗਰੀਬੀ ਗਦਾ ਹਮਾਰੀ ਹੋ ਖੰਨਾ ਸਗੋਂ ਦੇਣ ਸ਼ਾਰੀ, ਇਸ ਅੱਗੇ ਕੋ ਨਾ ਟਕੇ ਵਿਕਾਰੀ। ਕਹਿੰਦੇ ਕਦੇ ਕਿਸੇ ਨੂੰ ਵਿਖਾਈ ਨੀ ਤੇ ਨਾ ਤੈਨੂੰ ਹੀ ਵਿਖਾਉਣੀ ਸੀ, ਤੂੰ ਮੇਰੇ ਗੁਰੂ ਤੇ ਕਿੰਤੂ ਤਾਂ ਤੈਨੂੰ ਝਲਕ ਵਿਖਾਈ ਹੈ। ਕੀ ਨੀ ਸਿੱਖਾਂ ਦੇ ਕੋਲ, ਕੀ ਨੀ ਗੁਰੂ ਦੇ ਕੋਲ, ਗੁਰੂ ਦਰਬਾਰ ਵਿਚ, ਪਰ ਕਿਰਪਾ ਕਰੇ ਤੇ ਮੋਹ ਦੀ ਕਨਾਤ ਤਾਣ ਛੱਡਦਾ, ਕਿਰਪਾ ਕਰੇ ਥੋੜੀ ਜਿਹੀ ਪਾਸੇ ਕਰ ਦਿੰਦਾ, ਕਿਰਪਾ ਕਰੇ ਤੇ ਬਹੁਤੀ ਕਰ ਦਿੰਦਾ, ਆਪਣੇ ਵਿਚ ਭੇਦ ਹੀ ਕਰ ਲੈਂਦਾ, ਆਪਣੇ ਨਾਲ ਮਿਲਾ ਹੀ ਲੈਂਦਾ। ਹਰ ਹਰ ਜਨ ਦੁਈ ਏਕ ਹੈ ਬੇ ਵਿਚਾਰ ਨਾਹੀਂ, ਜਲ ਤੇ ਉਮਿਤ ਰੰਗ ਜੋ ਜਲ ਹੀ ਵਿਖੇ ਸਮਾਹੀ, ਸ਼ਾਮ ਦੇ ਦੀਵਾਨ ਚ ਰੋਜ਼ ਸੁਣਦੇ ਹੋ। ਧੰਨ ਗੁਰੂ ਨਾਨਕ ਪਾਤਸ਼ਾਹ ਮਾਤਾ ਪਿਤਾ ਨੂੰ ਗਣਾਇਆ ਵੀ ਤੇ ਮੋਹ ਦੀ ਕਨਾਤ ਵੀ ਦਾਨ ਪਰਦਾ ਵੀ ਪਾ ਦਿੱਤਾ। ਜਿਨ੍ਹਾਂ ਦੀ ਜਿੰਨੀ ਕੁ ਪਰਦਾ ਖੋਲਿਆ ਓਨੇ ਗੁਰੂ ਸਾਹਿਬਾਂ ਦੇ ਨੇੜੇ ਹੋ ਗਏ, ਓਨੀਆਂ ਪ੍ਰਾਪਤੀਆਂ ਹੋ ਗਈਆਂ, ਓਨੀ ਕੁ ਬਖਸ਼ ਹੋ ਗਈ। ਤੋ ਗੁਰਮੁਖੋ ਆਪ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਹੀਰਿਆਂ ਤੇ ਮੋਤੀਆਂ ਤੇ ਜਵਾਹਰਾਂ ਤੇ ਲਾਲਾਂ ਨਾਲੋਂ ਵੱਧ ਕੀਮਤੀ ਗੁਰਬਾਣੀ, ਪਰਮੇਸ਼ਰ ਦਾ ਨਾਮ ਤੇ ਪੰਕਤੀਆਂ ਸੁਣ ਕਰਕੇ ਆਪ ਜੀ ਨੇ ਆਨੰਦ ਮਾਣਿਆ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਬਾਣੀ ਦੇ ਚੱਲ ਰਹੇ ਪਾਠ, ਉਸ ਪਾਠ ਵਿਚੋਂ ਆਪ ਜੀ ਸ਼ਬਦ ਸੁਣ ਚੁੱਕੇ ਹੋ। ਦਾਸ ਦੀ ਬੁੱਧੀ ਤੇ ਨਹੀਂ ਕਿਸੇ ਹੋਰ ਦੀ ਹੋਵੇ ਤੇ ਭਾਵੇਂ ਉਹਦੇ ਚ ਬਲ ਹੋਵੇ ਕਿ ਸਮਗਰ ਅਰਥ ਕਰ ਸਕੇ, ਨਹੀਂ ਮਿਲ ਕੇ ਵਿਚਾਰ ਹੀ ਕਰਨੀ ਸਾਰੇ ਜਣਾ ਨੇ ਗੁਰੂ ਸਾਹਿਬ ਕੀ ਕਿਰਪਾ ਕਰਦੇ ਹਨ। ਕੱਲ ਸ਼ਬਦ ਆਇਆ ਸੀ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਪਰਲੋ ਜਣਾਈ ਅਰਬਦ ਨਰਬਦ ਧੁੰਦੂ ਕਾਰਾ, ਧਰਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ ਚੰਦ ਨਾ ਸੂਰਜ ਸੁਨ ਸਮਾਤ ਗਾਏ। ਇਹ ਸ਼ਬਦ ਵਿਚ ਦੱਸਿਆ ਮਹਾਰਾਜ ਸਾਹਿਬ ਨੇ ਅਰਬ ਖਰਬ ਕਾਲ ਧੁੰਦੂ ਕਾਰ ਸੁਨ ਸਮਾਧੀ ਰਿਹਾ ਪਰਮੇਸ਼ਰ ਅਕਾਲ ਪੁਰਖ ਆਪ। ਉਦੋਂ ਪੁੱਛੋ ਤੁਸੀਂ ਕਿੱਥੇ ਗਏ ਸੀ ਗੁਰੂ ਕਹਾਉਣ ਵਾਲੇ, ਕਿੱਥੇ ਗਏ ਸੀ ਸੰਤ ਕਹਾਉਣ ਵਾਲੇ, ਕਿੱਥੇ ਸੀ ਆ ਧਰਤੀ ਤੇ ਚੰਦਰਮਾ ਤੇ ਸੂਰ ਦਰਿਆ ਤੇ ਨਦੀਆਂ, ਆ ਫਲ ਤੇ ਰੁੱਖ, ਕਿੱਥੇ ਸੀ, ਕੋਈ ਵਸਤੂ ਹੈ ਹੀ ਨਹੀਂ ਸੀ, ਤੇ ਹੁਣ ਵੀ ਉਹਦੇ ਹੁਕਮ ਚ ਹੀ ਹੈ ਸਭ ਕੁਛ, ਕਿਤੇ ਵੀ ਕੁਛ ਨਹੀਂ।
ਜਿਹਨੂੰ ਮਰਜ਼ੀ ਆ ਸਾਜ ਦੇ ਵਿੱਚ, ਜਿਹਨੂੰ ਮਰਜ਼ੀ ਆ ਢਾਹ ਦੇ ਵਿੱਚ, ਜਿਹਨੂੰ ਮਰਜ਼ੀ ਬਿਣਾ ਦੇਵੇ, ਕੱਲ ਦੇ ਸ਼ਬਦ ਵਿੱਚ ਸ਼ਾਇਦ ਕੋਈ ਗੱਲ ਦੁਨੀਆਂ ਦੀ ਰਹਿ ਗਈ ਹੋਵੇ, ਸਭ ਕੁਛ ਹੀ ਜਣਾ ਦਿੱਤਾ ਵੀ ਦੱਸੋ ਉਦੋਂ ਕੀ ਸੀ, ਕੁਛ ਵੀ ਨਹੀਂ ਸੀ, ਬਾਰਾ ਸਾਹਿਬ ਨੇ ਕੋਈ ਵਸਤੂ ਨੀ, ਸਭ ਮਮਤਾ ਸਭ ਮੋਹ, ਇਸ ਪ੍ਰਕਾਰ ਨਾ ਗੋਰਖ ਨਾ ਮਛਿੰਦਰ ਨਾ ਕੋਈ ਜੋਗੀ ਨਾ ਕੋਈ ਸ਼ਿਵ ਨਾ ਕੋਈ ਸ਼ਕਤੀ ਨਾ ਕੋਈ ਬ੍ਰਹਮਾ ਨਾ ਕੋਈ ਵਿਸ਼ਨੂੰ, ਸਭ ਕੁਛ ਗਿਣ ਦਿੱਤਾ, ਕੋਈ ਖੰਡ ਬ੍ਰਹਿਮੰਡ ਹੈ ਹੀ ਨਹੀਂ ਸੀ, ਹੈ ਸੀ ਕੌਣ ਅਕਾਲ ਪੁਰਖ, ਉਹ ਹੈ ਹੁਣ, ਉਹ ਹੋਵੇਗਾ ਅੱਗੇ ਨੂੰ, ਤੇ ਉਹਦਾ ਹੀ ਹੈ ਪਸਾਰਾ। ਇਸ ਪ੍ਰਕਾਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੋਲਾਂ ਸੋਲਾਂ ਪਦੀਆਂ ਵਾਲੇ ਇਹ ਅਸ਼ਟ ਸੋਹਲੇ ਮਹਾਰਾਜ ਸਾਹਿਬ ਜੀ ਸਾਨੂੰ ਸੁਣਾ ਰਹੇ ਨੇ ਗੀਤ ਜਸ ਕਰਤੇ ਪੁਰਖ ਮਹਾਰਾਜ ਸਾਹਿਬ ਜੀ ਦਾ। ਕੱਲ ਵਾਲੇ ਸ਼ਬਦ ਵਿਚ ਤੇਰਾਂ ਪਦਾਂ ਵਿਚ ਇਹੀ ਕੁਛ ਜਣਾਇਆ, ਗਿਣ ਗਿਣ ਦੱਸੋ ਇਹਨਾਂ ਚੋਂ ਕਿਹੜੀ ਵਸਤੂ ਸਥੇਰੇ ਹੈ, ਕਿਹੜੀ ਅਟਲ ਹੈ, ਕਿਹੜੀ ਅਚੁੱਤ ਹੈ, ਕਿਹੜੀ ਅਗਿੜ ਹੈ, ਇਹਦੇ ਮਗਰ ਤੁਸੀਂ ਲੱਗੋਗੇ। ਜਿਹੜੀ ਨਾਸਵਾਨ ਹੈ, ਬਹੁਤੀ ਉਮਰ ਭੋਗ ਲਈ ਤਾਂ ਕਿ ਘੱਟ ਭੋਗ ਲਈ ਤਾਂ ਕਿ ਬਹੁਤਾ ਸਮਾਂ ਜੀਵ ਲਿਆ, ਤੇ ਪੱਥਰ ਬੜਾ ਚਿਰ ਸਮਾਂ ਜੀ ਲੈਂਦਾ ਹੈ, ਪੱਥਰ ਨੂੰ ਸਿਰ ਤੇ ਚੁੱਕੀ ਫਿਰੋ, ਉੱਥੇ ਕਈ ਕਈ ਯੁੱਗ ਜਿੰਨਾ ਚਿਰ ਪਰਲੋ ਨਾ ਹੋਵੇ ਇੱਕ ਥਾਂ ਹੀ ਪਿਆ ਰਹਿੰਦਾ, ਫਿਰ ਉਹ ਗੁਰੂ ਬਣ ਜੂ, ਰੱਬ ਬਣ ਜੂ। ਕੋਈ ਵੀ ਵਸਤੂ ਸਥਿਰ ਨਹੀਂ, ਅਟਲ ਨਹੀਂ, ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਮਿਥਿਆ ਹੈ ਸਭ ਕੁਛ, ਝੂਠਾ ਹੈ ਸਭ ਕੁਛ, ਨਾਸਵਾਨ ਹੈ ਸਭ ਕੁਛ, ਨਾ ਸਾਡਾ ਸਰੀਰ, ਨਾ ਸਾਡਾ ਘਰਬਾਰ, ਨਾ ਸਾਡੇ ਬੱਚੇ, ਨਾ ਪਰਿਵਾਰ, ਨਾ ਕੋਈ ਹੋਰ ਗਿਆਨ ਦਾ, ਨਾ ਖਜਾਨੇ, ਨਾ ਕੋਠੀਆਂ, ਨਾ ਸੋਨਾ, ਨਾ ਹੀ ਕੋਈ ਵਸਤੂ ਨਹੀਂ। ਤੇਰਾਂ ਪਦਾਂ ਵਿਚ ਹਜ਼ੂਰ ਨੇ ਬਖਸ਼ ਕੀਤੀ ਸੀ, ਗਿਣ ਗਿਣ ਕੇ ਦੱਸਿਆ। ਸਿਮਰਤ ਸ਼ਾਸਤਰ ਪਾਠ ਪੁਰਾਣ ਉਹਦੇ ਨੀ ਆਸ, ਨਹੀਂ ਸਿਮਰਤੀਆਂ, ਨਹੀਂ ਸ਼ਾਸਤਰ, ਨਹੀਂ ਕੋਈ ਪਾਠ, ਨਹੀਂ ਕੋਈ ਪੁਰਾਣ, ਨਹੀਂ ਕੋਈ ਵੇਦ, ਨਹੀਂ ਕੋਈ ਉਹਦੇ ਹੁੰਦਾ ਸੂਰਜ, ਨਹੀਂ ਕੋਈ ਅਸਤ ਹੁੰਦਾ। ਕਹਿਤਾ ਬਗਤਾ ਆਪ ਅਗੋਚਰ, ਆਪੇ ਲੱਖ ਲਖਾਏ, ਕਹਿਣ ਵਾਲਾ ਵੀ ਆਪ ਸੀ, ਅਗੋਚਰ ਵੀ ਆਪ ਹੀ ਹੈ, ਕਹਾਉਣ ਵਾਲਾ ਵੀ ਆਪ ਹੀ ਸੀ। ਇਹ ਬਚਨ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਸੁਣ ਰਹੇ ਹੋ ਆਪ ਜੀ। ਬੋਲਣ ਵਾਲੀ ਭਾਵੇਂ ਕੋਈ ਮੰਬੋਲੀ ਰਸਨਾ ਚੰਮ ਦਾ ਟੁਕੜਾ ਕਿਸੇ ਦਾ ਹੋਵੇ। ਇੱਥੇ ਸਮਾਪਤੀ ਕਰਕੇ ਹਜ਼ੂਰ ਨੇ ਫਿਰ ਸ੍ਰਿਸ਼ਟੀ ਦੀ ਰੰਭਤਾ ਦੱਸੀ ਕਿ ਕਿਵੇਂ ਹੋਈ। ਜਾਂ ਸੁਭਾਣਾ ਤਾਂ ਜਗਤ ਉਪਾਇਆ, ਉਹਨੂੰ ਪਾਇਆ, ਉਹਦੇ ਮਨ ਚ ਆਇਆ ਤੇ ਜਗਤ ਪੈਦਾ ਕਰ ਲਿਆ, ਬਣਾ ਲਿਆ, ਸਭ ਕੁਛ ਬਣਾ ਲਿਆ ਜਿਹੜਾ ਵੇਖ ਰਹੇ ਹੋ, ਹੈ ਨਾਸਵਾਨ। ਬਾਜ ਕਲਾ ਆਡਾਣ ਰਹਾਇਆ, ਇਹ ਗਿਣ ਕੇ ਤਿੰਨ ਕ ਪਦਾਂ ਵਿਚ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਦਾ ਭੋਗ ਕੱਲ ਦੇ ਦੀਵਾਨ ਵਿਚ ਪਾਇਆ ਸੀ। ਅੱਜ ਜੋ ਆਰੰਭ ਹੋਇਆ ਆਪ ਜੀ ਨੇ ਸਰਵਣ ਕੀਤਾ, ਇਸ ਵਿਚ ਵੀ ਇਹਦੇ ਉਧਾਰ ਤੇ ਜਿਹੜੀਆਂ ਪੰਕਤੀਆਂ ਕੱਲ ਆਰੰਭ ਹੋ ਚੁੱਕੀਆਂ ਹੈ, ਸਭ ਸੱਚੇ ਪਾਤਸ਼ਾਹ ਜੀ ਬਖਸ਼ ਕਰ ਰਹੇ ਹਨ। ਮਾਰੂ ਮਹੱਲਾ ਪਹਿਲਾ, ਮਾਰੂ ਰਾਗ ਚੱਲ ਰਿਹਾ ਹੈ, ਮਹੱਲਾ ਨਾਮ ਸਰੂਪ ਦਾ ਹੈ, ਮਹੱਲਾ ਨਾਮ ਪਾਤਸ਼ਾਹ ਦਾ ਹੈ, ਉਹ ਪਾਤਸ਼ਾਹ ਸਰੂਪ ਗੁਰੂ ਨਾਨਕ ਪਾਤਸ਼ਾਹ ਕਾਲ ਪੁਰਖ ਦੀ ਜੋਤ ਸਾਡੇ ਜੀਵਨ ਸ਼ੁਭ ਸਿੱਖਿਆ ਦਿੰਦੇ ਹਨ। ਇਹ ਸਭ ਕੁਛ ਨਾਸਵਾਨ ਹੈ, ਅਸੀਂ ਪੁਜਾਰੀ ਕਿਹਦੇ ਬਣੀਏ, ਉਹ ਸੱਚੀ ਸੁੱਚੀ ਵਸਤੂ ਹੈ ਅਕਾਲ ਪੁਰਖ ਤੇ ਉਹਦਾ ਨਾਂ, ਉਸ ਦੇ ਪੁਜਾਰੀ ਬਣੀਏ, ਮੂਲ ਮੰਤਰ ਗੁਰਮੰਤਰ ਦੇ ਪੁਜਾਰੀ ਬਣੀਏ, ਇਹ ਸਿੱਖਿਆ ਗੁਰੂ ਨਾਨਕ ਪਾਤਸ਼ਾਹ ਦਿੰਦੇ ਹਨ। ਆਪੇ ਆਪ ਉਪਾਏ ਨਿਰਾਲਾ, ਸ੍ਰਿਸ਼ਟੀ ਸਮੂਹ, ਸ੍ਰਿਸ਼ਟੀ ਦੇ ਜੀਵ ਰੰਗ ਤਮਾਸ਼ੇ ਫਲ ਰਸ ਕੌਤਕ ਉਪਾਏ ਪੈਦਾ ਕਰ, ਤੇ ਸਾਰਿਆਂ ਚ ਮਿਲਿਆ ਹੋਇਆ ਤੇ ਸਾਰਿਆਂ ਨਿਰਾਲਾ ਵੱਖ ਤੇ ਪਾਏ ਮਨ ਨਹੀਂ। ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ ਸੁਰਗ ਮੱਛ ਪਿਆਲ ਜੀ, ਫਿਰ ਨਾ ਹੀ ਹੋ ਗਿਆ, ਨਾ ਸਵਰਗਾਂ ਚ ਰਹਿਣ ਵਾਲੇ, ਨਾ ਪਤਾਲ ਚ ਰਹਿਣ ਵਾਲੇ, ਨਾ ਮਾਤ ਲੋਕ ਤੇ ਰਹਿਣ ਵਾਲੇ, ਤੇਰਾ ਅੰਤ ਕਿਸੇ ਪਾਇਆ ਹੀ ਨਹੀਂ। ਉਹ ਕੌਣ ਹੈ? ਹੈ ਵੀ ਜ਼ਰੂਰ, ਦਿਸਦਾ ਵੀ ਨਹੀਂ। ਉਹਦੇ ਬਾਰੇ ਗੁਰੂ ਨਾਨਕ ਪਾਤਸ਼ਾਹ ਜੀ ਜਾਣ ਰਹੇ ਹਨ, ਜਿਵੇਂ ਮਿੱਠੇ ਵਿਚ ਮਿਠਾਸ ਹੈ ਪਰ ਖਾਧੇ ਪਤਾ ਲੱਗਦਾ, ਫਿਰ ਚ ਵਿਚ ਕੁੜੱਤਣ ਹੈ ਛਕਿਆ ਹੀ ਪਤਾ ਲੱਗਦਾ, ਫੁੱਲ ਵਿਚ ਸੁਗੰਧੀ ਹੈ ਨਾਸਕਾਂ ਦੱਸ ਸਕਦੀਆਂ ਪਤਾ ਨਹੀਂ। ਇਸ ਪ੍ਰਕਾਰ ਹੈ ਜ਼ਰੂਰ, ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ, ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ, ਆਪੇ ਮਾਛੀ ਮਾਛਲੀ, ਆਪੇ ਪਾਣੀ ਜਾਲ, ਆਪੇ ਜਾਲ ਮਣਕੜਾ, ਆਪੇ ਅੰਦਰ ਲਾਲ, ਆਪੇ ਬਬਦ ਰੰਗਲਾ ਸੱਚੇ ਮੇਰਾ ਲਾਲ। ਜਾਲ ਵੀ ਤੂੰ ਹੀ ਹੈ, ਜਾਲ ਨੂੰ ਦਬਾਉਣ ਵਾਲਾ ਮਣਕਾ ਵੀ ਤੂੰ ਹੀ ਹੈ, ਤੇ ਪਾਣੀ ਵੀ ਤੂੰ ਹੀ ਹੈ, ਤੇ ਜਾਲ ਵਿਚ ਫਸਣ ਵਾਲੀ ਲਾਲ ਮੱਛੀ ਵੀ ਤੂੰ ਹੀ। ਤੇਰੇ ਤੋਂ ਬਿਨਾ ਕੋਈ ਵਸਤੂ ਹੈ ਹੀ ਨੀ ਦੁਨੀਆਂ ਦੀ, ਅਸੀਂ ਐਵੇਂ ਮੇਰੀ ਮੇਰੀ ਕਰੀ ਫਿਰਦੇ, ਮੇਰੀ ਮੇਰੀ ਧਾਰੀ ਉਹ ਪੈਰ ਲੁਹਾਰੀ,
लोहे दी बेड़ी बन के पै रही है मेरी मेरी सानू सब कुछ आप ही है, चोलड़ा भी आप ही है, सिज पतार भी आप ही है, पति भी आप ही है, पत्नी भी आप ही है, रस नू पैदा करन वाला भी तू आप ही है। सबर च एहो कुछ गिणिया सानू जनाउन लई साहब सच्चे पातशाह सब कुछ अपने आप तो पैदा करके ते निराला वखरा बैठा वेखे वख अकेला अपने कौतक नू अपनी खेड नू वेख रहा है। एवें आप जी कहंदे हन साचा थान कियो दयाला, दया दा आला, दया दा घर, दया दा स्थान, सच्चा थान। सारी सृष्टि ब्रह्मांड तो केड़ा बनाया है? सतसंगत रूप ये सच्चा थान है। सतसंगत कहंदे भी उसे नू है जिथे सच दी गल होवे। सतसंगत कैसी जानी है जे इको नाम बखानी है। परमेश्वर दे नाम दी महिमा पार्टी गल नहीं, ईरखा दी गल नहीं, राजनीति गल नहीं। राजनीति लोक बड़ा घोर अपमान ते बड़ी अत्यंत गलती वड्डी गलती करदे जेडे गुरु साहब दी हजूरी च कठे होके बह जांदे राजनीति लोक ते बाहां मार मार मैं जे कर दू, मैं आ कर दू, मैं ओ कर दू, पंटलियां मोई झूठ ते कारण कुछ भी नहीं होना। एक बारी मौका मिलिया सी किसी राजनीति कोल बहण दा ते मगरों समा मिलिया बोलण दा ते बेनती कीती सी वीर जी एहो जिहा दीवान गुरु हजूरी च ना सजाया करो, बाहर किते बह जा करो, तुसां जो कहना तुहाथों होना नहीं। ते गुरु हजूरी च कहा बचन झूठ माफ कौन करू। फिर मन्निया सी हथ जोड़ के भी मैं आउण वाले समे च गुरु हजूरी च नहीं इस तरह बैठांगा, वोटां लई मंग लई आया बाहर ही बैठा। वो सारे थान उन्ने बनाए ने, बैठा वेख रहा है सब कुछ की पैदा कीता। होर पौन पानी अग्नि का बंधन काया कूट रचाएदा, आकाश बनाया सी उदे विच हवा पौन छड्डी सी, उदे तो पानी छड्डिया सी, पानी तो धरती बनाई, धरती जीव जंतु बनाए। कल जो दीवान च आया सी विचार च आया सी ओही वाला थाट हो रहे। पौन पानी अग्नि का बंधन बंधेज बन्निया पट जोड़ दृष्टि चलाउन लई बनाया है। पाया रूपी कोट किला बना देना कीता, रचा दिता रचना कीता है। नौ कर दापे थापण हार, नौ घर थापे स्थित कीते थापण हारे परमेश्वर ने। बारह ब्रह्मांड ते नौ खंड हिस्से वखरे वखरे, इसी प्रकार अठ पैर वो अठ खंड नवा खंड श्री ਬਾਣੀ ਦੀ ਪੰਕਤੀ ਹੈ। ਤੂੰ ਹੀ ਸਜੇ ਤੂੰ ਹੀ ਬਣਾਏ ਨੇ ਇਹ ਸਾਰਾ ਗੜ ਕਿਲਾ ਸਰੀਰ ਤੇ ਨੌ ਗੋਲਕਾਂ ਦਰਵਾਜ਼ੇ ਇਹਦੇ ਬਣਾਏ ਤੂੰ ਹੀ ਬਣਾਏ ਨੇ। ਇਸ ਪ੍ਰਕਾਰ ਕਾਸ਼ ਪੋਟੰਗ ਰਚੰਤ ਤੋਯੰਗ ਲੇਪਨੰਗ ਰਖਤ ਚਰਮਣ ਨਵੰਤ ਦੁਆਰੰਗ ਭੀਤ ਰਹਿ ਸੰਘ ਕਈ ਥਾਈ ਇਸ਼ਾਰੇ ਨੇ। ਆਪਣ ਹਾਰੇ ਸਿੱਧ ਕਰਨ ਵਾਲੇ ਪਰਮੇਸ਼ਰ ਨੇ ਆਪ ਸਿੱਧ ਕੀਤੇ, ਆਪ ਬਣਾਉਣਾ ਕੀਤੇ ਹਨ। ਦਸਵੇਂ ਵਾਸਾ ਅਲੱਖ ਅਪਾਰ, ਗੜ ਕਿਲੇ ਦੇ ਨੌ ਗੋਲਕਾਂ ਦਰਵਾਜ਼ਿਆਂ ਇੰਦਰੀਆਂ ਤੋਂ ਪ੍ਰੰਤ ਦਸਵਾਂ ਵੀ ਇੱਕ ਬਣਾਇਆ। ਸੋ ਇਸ ਪ੍ਰਕਾਰ ਜਿਹਦੇ ਵਿਚ ਆਪਣੀ ਜੋਤ ਰੱਖੀ ਹੈ, ਜਾਗ ਰਹੀ ਹੈ, ਜਿਹਦੇ ਆਸਰੇ ਤੁਰਿਆ ਫਿਰਦਾ, ਸਹੰਸ ਦਰ ਕਬਲ ਨੂੰ ਉਸ ਜੋਤ ਨੂੰ ਕਈ ਜੋਗੀ ਜਨ ਵੇਖਦੇ ਨੇ। ਇਹ ਤੇ ਮਾਮੂਲੀ ਜੀ ਥੋੜੀ ਜੀ ਬਖਸ਼ ਹੈ, ਬੰਦਗੀ ਵਾਲਿਆਂ ਨੂੰ ਉਤਰਾ ਹੀ ਪ੍ਰਾਪਤੀ ਹੋ ਜਾਂਦੀ ਹੈ। ਕਦੇ ਇਹਦੇ ਮਗਰ ਨਾ ਲਾ ਕੇ ਜ਼ਿੰਦਗੀ ਖਰਾਬ ਕਰ ਲਿਓ। ਬੜੇ ਲੋਕ ਲੱਗੇ ਨੇ, ਜੋ ਵੀ ਲੋਕ ਲੰਬੀ ਉਮਰ ਹੋ ਜਾਊ, ਹੋਰ ਕੁਝ ਮਿਲਜੂ, ਥੋੜਾ ਬਹੁਤਾ ਰਿਧੀਆਂ ਸਿੱਧੀਆਂ ਮਿਲ ਜਾਣਗੀਆਂ, ਪਰ ਮਨ ਨਿਰਮਲ ਨਹੀਂ ਦਸਵੇਂ ਦੁਆਰ। ਪਰਮ ਬ੍ਰਹਮ ਆਵੇ ਮੂੜਾ ਵਾਰੋ ਵਾਰ, ਬਸੰਤ ਰਾਗ ਦੀ ਬਾਣੀ ਦੇ ਬਚਨ ਨੇ ਇਵੇਂ ਕਹਿੰਦੇ ਹਨ। ਸਾਇਰ ਸਬਤ ਪਰੇ ਜਲ ਨਿਰਮਲ, ਗੁਰਮੁਖ ਮੈਲ ਨਾ ਲਾਏਦਾ। ਸਾਇਰ ਭਾਵ ਸਰੋਵਰ ਸਬਤ ਸੱਤ ਭਰੇ ਹੋਏ ਨੇ ਨਿਰਮਲ ਜਲ ਦੇ ਨਾਲ, ਸੱਤ ਪੰਜ ਗਿਆਨ ਇੰਦਰੇ। ਸੋ ਜਿਨ੍ਹਾਂ ਨਾਸਕਾਂ ਨੂੰ ਸੁਗੰਧੀ ਦਾ ਪਤਾ, ਅੱਖਾਂ ਨੂੰ ਨਹੀਂ ਵੇਖਣ ਦੀ ਸੋਝੀ ਨੇਤਰਾਂ ਨੂੰ ਹੈ, ਕੰਨਾਂ ਨੂੰ ਨਹੀਂ, ਤੇ ਸੁਣਨ ਦਾ ਗਿਆਨ ਕੰਨਾਂ ਨੂੰ ਹੈ, ਪੁਰਖ ਤੇ ਇੰਦਰੇ ਨੂੰ ਨਹੀਂ, ਠੰਡੇ ਤੇ ਤੱਤੇ ਦਾ ਗਿਆਨ ਚਮੜੀ ਨੂੰ ਹੈ, ਅੱਖਾਂ ਨੇ ਵੇਖਿਆ ਨੀ ਪਤਾ ਲੱਗਦਾ, ਚਮੜੀ ਸਰੀਰ ਦੀ ਦੱਸਦੀ ਹੈ। ਇਸ ਪ੍ਰਕਾਰ ਕੌੜਾ ਕੇ ਮਿੱਠਾ ਰਸਨਾ ਨੂੰ ਗਿਆਨ ਹੈ, ਹੋਰ ਕਿਸੇ ਇੰਦਰੇ ਨੂੰ। ਇਹ ਪੰਜ ਗਿਆਨ ਇੰਦਰੇ ਮਨ ਤੇ ਬੁੱਧ ਇਨ੍ਹਾਂ ਸੱਤਾਂ ਨੂੰ ਭਰਿਆ ਨਾਮ ਰੂਪੀ ਗਿਆਨ ਰੂਪੀ ਗੁਰੂ ਦੇ ਰਸ ਰੂਪੀ ਅੰਮ੍ਰਿਤ ਜਲ ਨਾਲ। ਇਸ ਪ੍ਰਕਾਰ ਹਜ਼ੂਰ ਕਹਿੰਦੇ ਸਾਇਰ ਸ਼ਬਦ ਭਰੇ ਜਲ ਨਿਰਮਲ, ਗੁਰਮੁਖ ਮੈਲ ਨਾ ਲਾਏ ਦਾ।
जिन्ना नाम अमृत रूपी जल नाल शरीर इंद्रिया नूं भर लिया, मैल कित्थों लगनी है, साधन लागे मैल क्या मल धोई है, गुण है हार परोए किस परोई है, जनाउंदे हन रब सत दीपक जोत समाए। दुनिया दे लोक सूरज दे उपाशक ने, ग्रांड आउंदी है सूरज दी उपासना करन वाले करदे ने, सकरान सूरजा से बदलदा है, पंज ईश्वरा विचों गिनती चै सूरज। कई लोग चंद्रमा दे उपाशक ने, चंद्रमा नूं वेख के ही सोम पाक रोटी खांदे ने, चंद्रमा चढ़े ते फिर रोटी खांदे चंद्रमा नूं वेख इहदे उपाशक ने। इन्हां नूं जोत कहिण दित्ती, इन्हां नूं चमक कहिण दित्ती, इन्हां नूं बल कहिण दित्ती, जो अकाल पुरख ने दित्ता उहदे उपाशक क्यों नहीं बन। रब सत दीपक दीवे जोर सवाई, इन्हां सारिया में जिहड़ी जोत है उस करते पुरख दी दित्ती होई है, इस करके उसके पुजारी बनो। आपे कर वेखा वड्याई, अपने सारिया नूं पैदा करके अपनी इच्छा वड्याई अनुसार, अपनी इच्छा अनुसार आप ही सब वल वेख रहा है। जे छोटा जा कीड़ा भी हरकत करदा ते वड्याई उसे पर करते पुरख की जोत उसे दी, जे कोई पौधा हरिया ते जोत उसे दी है, जे चंद्रमा सूर तारिया में जोत उसे दी है, उस तो बिना किसी विच कोई जोत नहीं, कोई हरिया नहीं, कोई जगदा नहीं, कोई बुझदा नहीं, ये मालक की मर्जी नाल ही सब कुछ हो रहा है। जोत स्वरूप सदा सुहदाता सच्चे सुभा पाएदा, स्वरूप परमेश्वर का सुखा का दाता है, जिहड़ा उहदे नाल लग जांदा उहनूं सुखा की प्राप्ति हो जाती है, जे सच्चे दे गुणा नूं धार कर ले सच्ची शोभा प्राप्त कर लैंदा लोक ते परलोक दी। गण मह हाट पटण पारा, सारा गढ़ संसार रूपी किला दे विच वड्डे वड्डे पटण शहर, इस विच हट्टियां, इहदे विच व्यापारी, इसे प्रकार शरीर गढ़ किला, इहदे विच शरीर केंद्रे शहर ते पटण व्यापारी, ते गुरु के प्यारे परमेश्वर दे प्यारे खरीददे ने की किन्ही बणजिया कांशी तांबा, किन्ही लौंग सुपारी, संतो बणजिया नाम गोविंद का ऐसी खेप हमारी। किसी ने झूठ खरीद लिया, किसी ने लोहा खरीद लिया, किसी ने पत्थर खरीद लिया, किसी धरती खरीद ली, जायदाद खरीद ली, कुचौधरा खरीद लिया वड्याईया, किसी ने जहर खरीद ली, निंदिया चुगली वाली, किसी ने अमृत परमेश्वर का नाम खरीद लिया, अमृत वेड़े उठ। सकार योग बीबिया ने नंबर है, पहले नंबर ते हन सुखमां दी सुखा दी मणि दा पाठ, अमृत रूप परमेश्वर दे नाम दा जाप, नितनेम बाणियां दा, किस प्रकार आपां वणजारे वणज करन वाले व्यापारी इस हट पटन संसार विच आए हां, खरीद के की खड़ना है, बुद्धि रूप पल्ले की बनना है, इस प्रकार आप निर्णय करो जी। पूरा तोल तोला बनजारा, परमेश्वर दे प्यारे बनजारे ने उन्हों दा तोल विचार तोल वट्टा पूरा तोलन वाला है, घट तोलन वाला नहीं, घट तोलन वाले नूं घाटा पवेगा, पूरे तोलन वाले नूं कदे नहीं पवेगा। इस प्रकार बनजारा जीव है वणज करन वास्ते, तोल विचार करन वास्ते आया है दुनिया ते वणज करन वास्ते। एवे कहिंदे हन, आपे रत्न विसाहे लिवै आपे कीमत पाएदा, अपने प्यारियां कदरदाना दे विचों दी होके उन्हां नूं मत दे के सब सृष्टि पास श्रेष्ठ मत दे के, ते फिर रत्न नूं विसाहे खरीद लैंदा। रत्न है विराग, जवेहर है ज्ञान, ते लाल है प्रेम। प्रेम जी करन दी जाट आ जांदी है, विराग पैदा हो जांदा है, ज्ञान पैदा हो जांदा है। जतन नाल अपने प्यारे दे विच दी हो के आपे विसाहे खरीदण वाला, आपे लेवे लैण वाला, आपे देण वाला, आप ही कीमत कदर इन्हां दी पाउण वाला है। कीमत पाई पावन हार, कीमत पाई है श्रेष्ठ गुणा दी, अपने प्यारियां दी, महात्मा दी कीमत पाउण वाले कदरदान ने। बेप्रवाह पूरे भंडार, प्रवाह तो बेप्रवाह परमेश्वर आप है, ते ओदे प्यारे बेप्रवाह सदा रंग हर के जंको पाक स्वान, सदा हरि दे रंग आनंद विच बेप्रवाह ही बने रहिंदे है, उन्हां दे अंतशकरण वी भंडार है, शुभ गुणा नाल भरे रहिंदे ने, ओ बाहर दीआं ठीकरां ते रोड़ां नाल चित नहीं जोड़दे, इस प्रकार वे प्रवाह बन जाते हैं। सर्व कला ले आपे रहया, गुरमुख किसै बुझाएंदा, सारियां
ਕਲਾ ਸ਼ਕਤੀਆਂ ਕਰਕੇ ਆਪ ਹੀ ਰਹਿ ਰਿਹਾ ਟਿਕਿਆ ਹੋਇਆ ਸਾਰੀ ਥਾਈ ਤੇ ਮੁਖੀ ਗੁਰਾਂ ਨੂੰ ਭਾਵ ਜਿਹੜੇ ਉਹ ਖੜਾ ਕੇ ਗੁਰੂ ਨੂੰ ਚੱਲਦੇ ਗੁਰਮੁਖਾਂ ਨੂੰ ਕਿਸੇ ਕਿਸੇ ਨੂੰ ਬੁਝਾਏਂਦਾ ਸਮਝਾ ਦਿੰਦਾ ਹੈ ਕਿ ਲਾਹ ਲੈ ਲੈਣਾ ਕਰੋ ਨਜ਼ਰ ਕਰੇ ਪੂਰਾ ਗੁਰ ਭੇਟਾ ਨਜ਼ਰ ਮਿਹਰ ਕਿਰਪਾ ਦ੍ਰਿਸ਼ਟੀ ਕਰੇ ਤੇ ਪੂਰੇ ਗੁਰੂ ਦੀ ਪ੍ਰਾਪਤੀ ਹੋਵੇ ਭੇਟੇ ਸ਼ੋ ਪ੍ਰਾਪਤੀ ਹੋਵੇ ਨਜ਼ਰ ਨਾਲ ਤੇ ਦੂਰੋਂ ਵੇਖ ਲਿਆ ਜਾਂਦਾ ਪਰ ਸ਼ੋ ਤੱਟ ਪ੍ਰਾਪਤ ਹੋਣੀ ਇਹਨੂੰ ਨਾਲ ਭੇਟੇ ਕਿਹਾ ਜਾਂਦਾ ਪ੍ਰਬਾਲਾ ਭੇਟ ਕੁਛ ਹੋਵੇ ਵਸਤੂ ਭੇਟ ਨਾਲ ਸ਼ੋ ਜਾਣੀ ਨਜ਼ਰ ਦੂਰੋਂ ਵੀ ਕਿਰਪਾ ਕਰ ਦਿੰਦੀ ਸ਼ੋ ਨਾਲ ਹੋਰ ਪ੍ਰਾਪਤੀ ਹੋ ਜਾਂਦੀ ਹੈ ਸ਼ੋ ਹੋਈ ਸੀ ਛੋਟੀ ਅਵਸਥਾ ਗੁਰੂ ਨਾਨਕ ਪਾਤਸ਼ਾਹ ਸਰੀਰ ਕਰਕੇ ਬਲੰਗੇ ਤੇ ਬਰਾਜੇ ਹੈ ਤੇ ਮਾਤਾ ਤ੍ਰਿਪਤਾ ਨੇ ਤੁਲਸਾ ਦਾਸੀ ਨੂੰ ਭੇਜਿਆ ਜਗਾ ਕੇ ਲਿਆ ਸੁੱਤਾ ਨਾਨਕ ਪ੍ਰਸ਼ਾਦਾ ਸਕਦਾ ਜਗਾਉਣ ਨੂੰ ਜੀ ਨਹੀਂ ਕਰਦਾ ਮਾਤਾ ਦਾ ਡਰ ਆ ਵੀ ਝਿੜਕਾਂ ਪੈਣਗੀਆਂ ਠਾਇਆ ਕਿਉਂ ਨਹੀਂ ਤੇ ਗੁਰੂ ਕੇ ਚਰਨਾਂ ਨੂੰ ਭੇਟੇ ਰਤਨਾ ਲਾ ਦਿੱਤੀ ਜਗਾਉਣ ਲਈ ਚਲ ਹੱਥ ਲਾ ਦਿੰਦੀ ਤਾਂ ਵੀ ਚੰਗੀ ਗੱਲ ਸੀ ਰਤਨਾ ਲਾਈ ਵੱਧ ਸ਼ਰਧਾ ਸੀ ਵੱਧ ਪਿਆਰ ਸੀ ਉਸੇ ਵੇਲੇ ਕਵਾੜ ਖੁੱਲ ਗਏ ਟੱਚ ਹੋਣ ਨਾਲ ਰਸਨਾ ਚਰਨਾ ਨਾਲ ਤੇ ਦੱਸਣ ਲੱਗ ਪਿਆ ਵੀ ਗੁਰੂ ਨਾਨਕ ਪਾਤਸ਼ਾਹ ਸਰੀਰ ਕਰਕੇ ਇੱਥੇ ਨੇ ਤੇ ਆਤਮਾ ਮਨ ਕਰਕੇ ਤੇ ਇਹ ਤੇ ਸਿੱਖ ਦਾ ਜਹਾਜ਼ ਬੰਨੇ ਲਾ ਰਹੇ ਨੇ ਜਾ ਕੇ ਮਾਤਾ ਨੂੰ ਦੱਸਿਆ ਮਾਤਾ ਨੂੰ ਗੁੱਸਾ ਆ ਗਿਆ ਕਿ ਪਰਦਾ ਜੋ ਪਾਇਆ ਹੋਇਆ ਸੀ ਬਾਲਕ ਦੀ ਮਰਜ਼ੀ ਹੈ ਨਾ ਮਾਈ ਚਰਨ ਗੁਰ ਮੀਠੇ ਇਸ ਪ੍ਰਕਾਰ ਨਜ਼ਰ ਕਰੇ ਪੂਰਾ ਗੁਰ ਭੇਟੇ ਸ਼ੋਧੀ ਪ੍ਰਾਪਤੀ ਹੋਵੇ ਗਲਬੱਕੜੀ ਚ ਲੈ ਲਵੇ ਚਰਨੀ ਲਾ ਲਵੇ ਐਵੇਂ ਕਹਿੰਦੇ ਹਨ ਜਮ ਜੰਦਾਰ ਨਾ ਮਾਰੇ ਭੇਟਾ ਜਿਹੜੇ ਪੂਰੇ ਗੁਰੂ ਦੀ ਚਰਨੀ ਲੱਗ ਗਏ ਨੇ ਜਿਨ੍ਹਾਂ ਨੂੰ ਗੁਰੂ ਨੇ ਬਜਾ ਸਮਝਾ ਦਿੱਤਾ ਹੈ ਜਿਨ੍ਹਾਂ ਸ੍ਰੇਸ਼ਟ ਵਸਤੂਆਂ ਖਰੀਦ ਲਈਆਂ ਬੁੱਧੀ ਰੂਪੀ ਪੱਲੇ ਬੰਨ ਲਈਆਂ ਜਮ ਜੰਦਾਰ ਜਿੰਦ ਦਾ ਅਰੀ ਜਿੰਦ ਦਾ ਵੈਰੀ ਜੰਦਾਰ ਡੰਡਾ ਲੈ ਕੇ ਨਾ ਮਾਰੇ ਫੇਟ ਨੀ ਮਾਰੇਗਾ ਚੋੜ ਨੀ ਮਾਰੇਗਾ ਸੱਟ ਨੀ ਮਾਰੇਗਾ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਇਕ ਜੋ ਸਾਧੂ ਮੋਹੇ ਮਿਲਿਆ ਤਨ ਲੀਜਾ ਅੰਚਲ ਲਾਏ ਅੰਚਲ ਨਾਮ ਪੱਲੇ ਰਾਏ ਭਗਤ ਕਬੀਰ ਜੀ ਕਹਿੰਦੇ ਸਾਧੂ ਮਿਲਿਆ ਰਾਮਾਨੰਦ ਉਪਦੇਸ਼ ਨਾਮ ਰੂਪੀ ਪੱਲੇ ਮੈਨੂੰ ਲਾ ਲਿਆ ਹੁਣ ਜੰਮ ਦਾ ਢੰਡਾਰ ਡੰਡਾ ਮੈਨੂੰ ਨਹੀਂ ਬਚੇਗਾ ਨਹੀਂ ਤੇ ਬੜਾ ਬੁਰਾ ਹੈ ਉਹ ਨਹੀਂ ਸਹਿਆ ਜਾਣਾ ਜਿਹੜੇ ਗੁਰੂ ਵਾਲੇ ਨਹੀਂ ਬਣਦੇ ਸ਼ਬਦ ਨਹੀਂ ਲੈਂਦੇ ਸ਼ਬਦ ਨਹੀਂ ਜਾਂਦੇ ਜਮ ਜੰਧਾਰ ਜਿੰਦ ਦਾ ਅਰੀ ਫੇਟੇ ਡੰਡਾ ਸੋਟਾ ਨਹੀਂ ਮਾਰੇਗਾ ਜਿਉ ਜਲ ਅੰਤਰ ਕਮਲ ਵਿਗਾਂਸੀ ਆਪੇ ਵਿਗਸ ਧਿਆਏ ਦਾ ਇਸ ਪ੍ਰਕਾਰ ਪ੍ਰਤੱਖ ਜਲ ਵਿਚ ਕਮਲ ਫੁੱਲ ਵਿਗਾਸੀ ਖੇਡਦਾ ਹੈ ਆਪੇ ਵਿਗਸ ਖੁਸ਼ ਹੋ ਕੇ ਪ੍ਰਸੰਨ ਹੋ ਕੇ ਪਰਮੇਸ਼ਰ ਦੇ ਪਿਆਰੇ ਸੰਸਾਰ ਪਦਾਰ ਹਰੋ ਕੇ ਜਲ ਵਿਚ ਰਹਿ ਕੇ ਖੁਸ਼ ਹੀ ਰਹਿੰਦੇ ਨੇ ਸਿਪਾਹੀ ਮਾਨ ਨਹੀਂ ਹੁੰਦੇ ਵਿਚੇ ਗ੍ਰਹਿ ਗੁਣ ਬਚਨ ਉਦਾਸੀ ਜੋ ਕਮਲ ਰਹੇ ਵਿਚ ਪਾਣੀ ਹੈ ਜੋ ਮੁਰਗਾਈ ਪੰਖ ਨਾ ਭੀਜੇ ਉਹ ਪਰਮੇਸ਼ਰ ਇਸੇ ਤਰ੍ਹਾਂ ਹੀ ਹੈ ਸਾਰੀ ਸ੍ਰਿਸ਼ਟੀ ਵਿਚ ਤੇ ਗੁਰੂ ਪਿਆਰੇ ਵੀ ਇਸ ਤਰ੍ਹਾਂ ਰਹਿੰਦੇ ਹਨ ਇਹ ਸਮਝਾ ਦਿੰਦਾ ਹੈ ਆਪੇ ਵਰਖ ਅੰਮ੍ਰਿਤ ਧਾਰਾ ਤੇ ਸਿਮਰ ਰੂਪ ਅੰਮ੍ਰਿਤ ਦੀ ਧਾਰ ਰੂਪ ਹੋ ਕੇ ਵਰਖਾ ਕਰਨ ਵਾਲਾ ਪਰਮੇਸ਼ਰ ਆਪ ਹੀ ਹੈ ਝਿਮ ਝਿਮੇ ਝਿਮ 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 ਵਰਤੇ ਅੰਮ੍ਰਿਤ ਧਾਰਾ ਰਾਮ ਪਾਣੀ ਉਤਰੇ ਸਾਲ ਜਨ ਅਮਿਓ ਚੱਲੇ ਧਰਨੇ ਜਿਨ੍ਹਾਂ ਨੂੰ ਪੀ ਪੀ ਕੇ ਆਨੰਦ ਮਾਣਦੇ ਹਨ ਆਪੇ ਰਤਨ ਆਪ ਜੀ ਕਹਿੰਦੇ ਹਨ ਅੰਮ੍ਰਿਤ ਧਾਰਾ ਹੋ ਕੇ ਵਰਖ ਵਰਸ ਰਿਹਾ ਹੈ ਰਤਨ ਜਵੇਹਰ ਲਾਲ ਅਪਾਰਾ ਰਤਨ ਜਵੇਹਰ ਗਿਆਨ ਤੇ ਵਿਰਾਗ ਲਾਲ ਪ੍ਰੇਮ ਅਪਾਰਾ ਵਾਰ ਤੋਂ ਅਪਾਰ ਦਿਅੰਤ ਬਖਸ਼ਣ ਕਰਨ ਵਾਲਾ ਹੈ ਸਤਿਗੁਰ ਮਿਲੇ ਤਾਂ ਪੂਰਾ ਪਾਈਐ ਪ੍ਰੇਮ ਪਦਾਰਥ ਪਾਏਗਾ ਨਾਮ ਤੋਂ ਰਹਿਤ ਗੁਰ ਸਭ ਤੋਂ ਵੱਡਾ ਗੋ ਹਨੇਰੇ ਦੂਰ ਕਰਨ ਵਾਲਾ ਰੂਪ ਪ੍ਰਕਾਸ਼ ਕਰਨ ਵਾਲਾ ਮਿਲੇ ਤਾਂ ਪੂਰਾ ਗਿਆਨ ਵਿਰਾਗ ਪਦਾਰਥ ਪਾਈਦਾ ਹੈ ਪ੍ਰੇਮ ਪਦਾਰਥ ਜਨਮ ਪਦਾਰਥ ਨਾਮ ਪਦਾਰਥ ਪ੍ਰੇਮ ਪਦਾਰਥ ਗਿਆਨ ਪਦਾਰਥ ਕਿਹੜੇ ਮੁੱਲ ਤੋਂ ਕਿੱਥੋਂ ਕੋਈ ਲੈ ਲਓ ਰਤਨ ਜਵੇਹਰ ਲਾਲ ਤੋਂ ਮਿਲ ਜਾਊ ਇਹ ਗੁਰੂ ਕਿਰਪਾ ਨਾਲ ਹੀ ਮਿਲਣਾ ਹੈ ਇਹ ਪਦਾਰਥ ਚਾਰ ਮੰਨੇ ਨੇ ਸੋ ਪ੍ਰਾਪਤ ਹੋ ਜਾਂਦੇ ਹਨ ਪ੍ਰੇਮ ਪਦਾਰਥ ਲੈ ਅਮੁੱਲ ਇਹਦਾ ਕੋਈ ਮੁੱਲ ਨੀ ਮੁੱਲ ਤੋਂ ਰਹਿ ਤਾਂ ਪ੍ਰੇਮ ਪਦਾਰਥ ਮਿਲ ਜਾਊ ਕਵੀ ਨਾ ਘਾਟ ਪੂਰਾ ਤੁਲ ਚਾਰ ਰੂਪੀ ਵੱਟੇ ਨਾਲ ਤੁਲਣ ਵਾਲੇ ਤੇ ਉਹਨੂੰ ਪ੍ਰੇਮ ਪਦਾਰਥ ਮਿਲ ਗਿਆ ਉਹਨੂੰ ਘਾਟਾ ਕਦੇ ਨੀ ਪੈ ਸਕਦਾ ਘਾਟਾ ਦੁਨੀਆਂ ਦੇ ਲੋਕਾਂ ਨੂੰ ਪਵੇਗਾ ਜਿਵੇਂ ਗੁੱਜਰ ਗੋਰਖ ਵੇਚ ਕੇ ਖੜ ਸੋੜੀ ਆਣੇ ਉਹ ਲਿਆਉਣ ਵਾਲਿਆਂ ਨੂੰ ਘਾਟਾ ਪੈ ਸਕਦਾ ਹੈ ਪੂਰਾ ਤੋਂ ਵਿਚਾਰ ਰੂਪੀ ਤੋਲ ਵੱਟਾ ਜਿਨ੍ਹਾਂ ਕੋਲ ਪ੍ਰੇਮ ਪਦਾਰਥ ਜਿਨ੍ਹਾਂ ਦੇ ਕੋਲ ਕਦੇ ਘਾਟਾ ਨੀ ਪਵੇਗਾ ਸੱਚੀ ਕਾਵਾ ਪਾਰੀ ਹੋਵੇ
सचो सौदा पाएगा। सचे माल करते पुरख दे दर घर दे व्यापारी नू जिने सच नू खरीदया सचा सौदा पाया ओनू कदे भाव घाटा नहीं कदे पछड़ाउन दी लोड़ नहीं काला धन नहीं। किस प्रकार सचे परमेश्वर दे नाम दे व्यापारी हन। सचा सौदा विरला को पाए कदर विरलिया विरलिया नू है ज्ञान विरलिया विरलिया नू है पौधे ने विरले विरले पूरा सतगुरु मिला मिलाए अधूरा नहीं अधूरे कई पिछे तुरे फिरदे ने पूरा सतगुरु मिले है ओदी कृपा नाल ही मिलाप हुंदा है। गुरमुख होए सो हुक्म पछाणे मन हुक्म समाए दा गुरमुखा दे लखण की आ तेरा हुक्म मनदे ने तेरा पाणा मनदे ने। तख्त बिठावे दास तुम्हारे कास बिठावे खेत कबूल इहो जिहा तख्त पाणा मनदे ने। इक पासे राज गद्दी तख्त बिठाया ते फिर भी तेरे सिखां तेरे दासां राज गद्दी तो थले ला के हाथ से रंबा दे के ता खोतन ला दिता फिर असि की बोलना फिर भी तेरे ही है। एक ना दुख भुग सद मारे पे दा तेरी दातार गल औखी अज तकते हो कल घा खोद के बेचे फिर भी शुकराना रब का धनवाद करे भी मेरे कर्मा का भोग है। सो गुरमुख हो सो हुक्म पछाने दुख आ गया भुख आ गया कोई मार आ गई गरीबी आ गई कुछ भी आ गया तेरे हुक्म नू पछाणदे ने हुक्म नू मनदे ने। मन हुक्म समाएदा तेरे हुक्म समा जांदे भेद हो जांदे हुक्मे आप जी हुक्म नू मन हुक्म च भेद हो जांदे हन। हुक्मे आया हुक्म समाया हुक्म विच ही जीव दुनिया ते आया हुक्म विच ही सृष्टि साजना होई हुक्म विच ही आया है हुक्मे आया हुक्म समाया समाया भेद भी हुक्म विच ही होना है परलो भी हुक्म विच ही होनी है उत्पत्ति भी हुक्म विच ही हो रही है। हुक्मे दिसै जगत उपाया सारा जगत जै पैदा होना ते गत नाश होना हुक्म विच है जो दिस रहे है सब झूठा ते नाश मान है ओदे हुक्म विच है पाणी विच। इस प्रकार आप जी कहते हैं हुक्मे स्वर्ग मश पै आला हुक्मे कला राय परमेश्वर दे हुक्म विच ही स्वर्ग ओदे हुक्म विच ही मछ मात लोक पै आला पताल ओदे हुक्म विच कला शक्तियां रह रही ने ओदे भाणे भी तो हुक्म विच ही टिकियां होईयां ने। इस प्रकार आप जी कहते हैं हुक्मे धरती धौल सिर पार कहते ओदे हुक्म विच ही बलद धर्म जिहड़ा धर्म रूपी है ओ धौला बलद ओदे हुक्म विच ही धरती दा भार सिर ते सहारी बैठा है। प्रतख बलद नहीं धर्म रूपी बलद तथा दया रूपी गऊ दा पुत्र ते संतोख रूपी चारा छकण वाला परमेश्वर दे हुक्म विच है। धर्म च प्रवक रहण वाले दयालु कृपालु सुभा वाले संतोखी पुरख ओ भी तेरे महाराज साहब हुक्म विच ही है जिन्हां दी दया धर्म ते संतोख दे आसरे धरती खड़ी है। इस प्रकार तेरे हुक्म विच ही सारे भार नू चक्की दुनिया दे भार नू चक्की फिरदे हन। हुक्मे पौण पाणी गहना रहू गुरु नानक पातशाह कहिंदे तेरे हुक्म विच ही काल पुरख पौण हवा चलदी है पैव अगन कहे सदवाओ पैव चले लख दरिया तेरे हुक्म विच ही पौण ते पानी कैणारंग आकाश आदिक तेरे हुक्म विच ही खड़ा है धरती खड़ी है। हुक्मे शिव शक्ति घर वासा हुक्मे खेल खेलाएंदा तेरे हुक्म विच ही कल्याण सू परमेश्वर तेरी शक्ति घर विच वासा करन वाली सृष्टि दे वासा करन वाली तेरे हुक्म विच सारे खेल नू खेडा नू खिलाउण वाला है ते खेड़ा नू खेड़ रहा है। हुक्मे आडाणे आगासे आडाण अड्या होया आकाश खड़ा सिर ते आकाश विच उड़न वाले पंखू पखेरी होर सब जीवां तेरे हुक्म विच ही ने तेरे भाणे विच ही है। इस प्रकार गुरु नानक पातशाह कहिंदे हन हुक्मे जल थल त्रिपावन वासे बेची जल ते हुक्म विच थल खुश धरती औड़ लगी हुई त्रिपावन तिन्ने पावन तिन्ना पवणा दे वासी पुरख ये सारे तेरे हुक्म विच ही ने ते कह रहा गुरु नानक पातशाह ते गुरु नानक पातशाह दा वड्डा होर कोई है ही नहीं दुनिया दा
गुरु नानक पातशाह कि कह रहे ने अकाल पुरख निरंकार है जरूर दिसदा नहीं ओदी शक्ति रूप चानन रूप ज्योत रूप प्रकाश रूप तिना भांबणा दे विच भाव वसण वाले जीव खंडा दे ब्रह्मंडा च रहण वाले धरती पताल च रहण वाले आकाश उड्डण वाले सब जलां थलां विच तेरे हुक्म विच ही हन। हुक्मे सास गिरास सदा फुन हुक्मे देख दिखाएदा। पर साहब एक सवास लेना ते ग्रास एक भोजन छकना ते पचना तेरे हुक्म विच सारे तर शरीर च तू ही बनाए ने। हुक्मे सास गिरास सदा फुन अथवा तथा हुक्मे देख दिखाएदा नेत्रां ते जोत नेत्र वेख रहे ने तेरे हुक्म विच ही ने। जो तेरा हुक्म अदूली हो गई जीव करी जांदे तू नहीं करता जो देवता बख्शा करी जांदे उदो नेत्र शरीर ने होने वेखण रह जाणगे कन्न सुनण रह जाणगे तेरे हुक्म विच ही नेत्र वेख रहे ने कन्न सुन रहे ने स्वास लै रहे है ग्रास पदार्थ भोजन खा रहे है ये सब परमेश्वर दे हुक्म विच तथा भाणे विच ही है। हुक्म उपाय दस अवतार। दस अवतार पिछले समय दे जेड़े होए ने तेरे हुक्म विच ही होए ने। गुरु नानक पातशाह कह रहे केड़े दस दो बार चार दो बन चार चार विपर दो भू ये तेरे हुक्म च ही होए ने। दो बन चार बन नाम है जंगल का जंगल दिखरन वाले विचरन वाले तार संघ अवतार होया शेर का अवतार इसे प्रकार ते बिरह सूर का अवतार सूर भी जंगल च फिरदा ते शेर भी जंगल च फिरदा है ये तू अवतार धारे दो बन चार दो बार चार बार जल विचरन विचरन वाले वो मच्छी का अवतार जिहड़ी मच्छी पताल में जाके संखा सर दैत नूं मार के ते वेदा नूं लैके आई संखा सर मारे वेद उधारे दसों पाशा दी पंक्तियां ने। इसे प्रकार कछ अवतार कछु कमां भी पानी च रहिंदा है जदों समुंदर रिड़किया सी रत्ना की प्राप्ति लई देवत्यां आदिकां ने ते पत्थर भारा जिहनूं बाशक नाग दा नेत्रा पाया थले धसी जांदा है उदों तैनूं कछु कमां बनना पिया अपने पहाड़ चकन लई अपने नेही रूप बन के थले टिक दो बन चार दो बार चार चार हो गए ते चार बिपर बुद्ध अवतार इसे प्रकार परशुराम दो कला अवतार इसे तरह निबावन अवतार भी ब्राह्मण मत विचो सी नेह कलंकी जड़ा आना भी ब्राह्मण मत विचो चार बिपर ब्राह्मण दोए भू चार पहलो हो गए दो जंगल च रहण वाले दो पानी च रहण वाले चार ब्राह्मण ते दो भूप राजे खत्री धन गुरु राम भाव अमर गुरु अमर राम चंद्र जी ते कृष्ण भगवान जी भूप राजे राजे भी इसे प्रकार अवतार भी ये दस अवतार तेरे हुक्म च ही होए ने। तेरे हुक्म बिना किसी को शक्ति आ गई कित्थों कोई आ गई ये धन गुरु नानक पातशाह दसा अवतारा की गल कर रहे ने। ये बारह साहब के अवतार आने वाले समय दस होने ने। हुक्म उपाए दस अवतारा ये पिछे दस अवतार तेरे हुक्म च ही महाराज साहब जी होए ने भावे पानी च भावे जंगल भावे धरती भावे तख्त बैठे ये तेरी कृपा नाल ही है सब कुछ। देव दानव अगणित अपारा दस अवतार गिण दते महाराज साहब ने फिर देवते ते फिर दानव ओ किन्ने किन्ने ओ भी गिण दते ने। ये भी महाराज साहब अकाल पुरख तेरे हुक्म च ही होए ने देवते भी ते दैंत भी। कलगीधर पिता दे बचन ने अकाल पुरख नूं संबोधन करके जब पहले हम सृष्ट बनाई दैंत रचे दुष्ट दुख दाई। अकाल पुरख कहिंदा दुष्ट दमन जदों मैं सब तो पहलो सृष्टि बनाई ना तो सब तो पहला दैंत बना ले ਉਹ ਦੁਭਾਵ ਏਡੇ ਦੁਖੀ ਸੁਭਾਅ ਦੇ ਆਕੀ ਪੈਦਾ ਹੋਏ ਦੈਤਰ ਜੇ ਦੁਖਦਾਈ ਤੇ ਭੁਜ ਬਲ ਬਵਰੇ ਹੋਏ ਗਏ ਪੂਜਨ ਪਰਮ ਪੁਰਖ ਰਹਿ ਗਏ। ਭੁਜ ਬਾਹਾਂ ਦੇ ਬਲ ਵਿਚ ਇੰਨੇ ਕਮਲੇ ਹੋ ਗਏ ਵੀ ਮੈਨੂੰ ਪਰਮ ਪੁਰਖ ਨੂੰ ਮੰਨਣੀ ਨਾ ਜਾਦੀ ਨਾ ਕਾਰਨ ਦੱਸਣੀ ਨਾ ਅਸੀਂ ਸਭ ਕੁਛ ਹੋ ਗਏ ਤੇ ਮੈਂ ਤਨ ਤਮਕ ਤਨਕ ਭੁੱਖਾ ਪਿਸਕੀ ਠੌਰ ਦੇਵਤਾ ਖਾਸ ਪਾਤਾ ਪੀ ਤਮਕ ਵਿਚ ਆ ਕੇ ਫਿਰ ਮੈਂ ਵੱਢ ਸੁੱਟੇ ਉਹ ਦੈਂਤ ਮਾਰ ਦਿੱਤੇ ਉਹਨਾਂ ਦੀ ਬਿਝ ਨਿਕਲੀ ਬਿਝ ਨੀ ਬਣ ਗਈ ਦੇਵਤੇ ਬਣਾ ਦਿੱਤੇ। ਦੇਵਤੇ ਕਹਿਣ ਲੱਗੇ ਸਾਡੀ ਪੂਜਾ ਕਰੋ। ਇਸ ਪ੍ਰਕਾਰ ਬ੍ਰਹਮਾ ਆਪਣੇ ਆਪ ਨੂੰ ਬਣ ਕੇ ਬਹਿ ਗਿਆ ਸ਼ਿਵ ਜੀ ਆਪਣੇ ਆਪ ਨੂੰ ਕਬਸਥਾਨ ਚ ਨਜਾਵਾ ਦੇਵਤੇ ਵੀ ਤਾਨੂੰ ਦੈਂਤ ਵੀ
अगणित गिनती तो रहत पारावार तो अपार बेंत बेंत कुछ देव भी दैम ते हुक्म भी तेरे हुक्म च अवतार भी पैगंबर भी बहुत कुछ बना दिता है। मन हुक्म सुधर गए पैजै साच मिलाए समाए दर तेरे हुक्म नु मन लिया सिर मथे ओ दरगाह विच पैजे जिदो गए ते जस रूपी पछाका पहनाया गया प्रोपा मिलिया भेटा मिली सत्कार मिलिया आओ बैठो जी जी आया तेरे हुक्म जेड़े चले जिन्होंने हुक्म अदोली की जैसे टैंटा नु वढ़ सुटिया सी उन्होंने वढ़ दऊ खपत कर दऊ केड़ा को टल दुनिया ते रह सकता है। माने हुक्म सो दरगह पै जाए दुनिया ते सत्कार प्राप्त करवाउणा सच्चा सुचा परलोक विच दरगाह विच करवाउणा हुक्म मनो भाणा मनो हुक्म दोली ना करो शरीर बनिया रहन दो रब दा बनाया परवटे ना मनो दाड़ियां ना मनाओ केस ना कटाओ नशे ना वरतो हुक्म मनो जो गुरु साहब लाया ते कह दुरमत मद जो पीव ते बिखली पत कमली इनू कदे नहीं पीना तंबाकू नहीं वरतना माने हुक्म सो दरगह पै जे जान गे जस प्राप्त होवेगा सत्कार मिला साच मिलाए समाए दा सच विच भेद होवेगा सच्चा अपने तुहानू मिला लो भेद कर लो अपने विच हुक्मे जोग शक्ति गुदारे गुदारे गुदर गए शक्ति जोग एक जोग नंगना बड़ा मुश्किल है बड़ी लंबी आजू एक जोग दी ते चार जोग ते छत्ती कदों बनने है चार जोग दी गिनती करिए ते 17,28,000 साल सत जोग दी उम्र सी ते 12,96,000 फिर त्रेते दी उम्र सी ते 8,64,000 द्वापर दी उम्र सी ते 4,32,000 कलयुग दी उम्र है इनी उम्र ते भाव चौवा जुगा की होगी 40-43 लाख आर्क बन जाते ने छत्ती जुगा की किन्नी बनो गिनती कर लो इस प्रकार गिनती तो अगे की गल दूर चले जाती है तेरे हुक्म जुग छत्ती छत्ती जुग भी गुजर जान गुजरे कई बारी बनाए कई बारी तू टाए ये तेरी अपनी मर्जी है गुजर गए गुजरते जाते ने गुधारे दास हो जाते ने परलो हुंदी रही है साजड़ा हुंदी रही है तब तेरे हुक्म विच ही कई बारी सृष्टि जीव बनाए ते कई बारी टुटाए इस प्रकार आप भागा वाली आत्मा तेरा हुक्म मन के तेरा भाणा मन के वो तेरे विच भेद ही हो जांदे हन। हुक्म सिद्ध साधक विचारे जिथे देवते ते दैंत बनाए जिथे होर इन्ने बनाए चंद्रमा सूरज बनाए छत्ती जुग बनाए ते गुजर गए ते जेड़े बाकी सिद्ध साधना साधकां दे साधन वाले साधका साधन वाले जंतरी मंत्री रिद्धि सिद्धि हासिल करने वाले उड्डन वाले गुप्त प्रकट होने वाले ओ विचारे साध भी गावन तुद नू साध विचारे विचार विचार के तेरे जस नू गाउण वाले सुन वाले साध भी सिद्ध भी ओ भी तेरे हुक्म विच ही साधना नू साधन वाले तेरे हुक्म विच ही आप जी कहते बड़ौना कीते हन। आप नाथ नथी सब जाकी बख्शे मुक्त कराएगा महाराज साहब तू आप नाथ है सारिया का मालिक अनाथ हुंदा गरीब नाथ हुंदा मालिक नथी सारी स्थिति तू नथी हुई है जिवें रिछ नू नथ के फड़ लैंदे है जिवें ऊट नू नख च नथ पा के फड़ लैंदे है जिवें बलद नू नथ पा के फड़िया हुंदा है सब स्थिति तू नथी हुई है तो सारे हस्ती जीवा दी नथ तेरे हाथ विच नक नथ खसम हाथ किर तके दे जहां दाने तहां खाने नानका साजे हुक्म रूपी हाथ विच तो सता रूपी नथ पा के सारे नथिया होया है तेरे भाणे विच तेरी आग्या विच चल रहे ने अपने आप जो मर्जी को डींगा मारी फिरे भाणे तो वद कोई कुछ नहीं कर सकता किस प्रभ डोरी हाथ तुम्हारे जे करावे सो करना नानक दास तेरी शरणा साठ की पुत्री कहां करे बपरी खिलाब नहारो जाने ये तो ज्ञान होया ना भागा वालिया नू बाकी अपने आप ही सन टोपी सन कपड़ी जुते सने खुदा बनी फिरदे ने आप नाथ नथी सब जाने सब सृष्टि नथी हुई है जिसने बख्शे हुक्म कराएंदा बख्शे मुक्त कराएंदा जिन्हां नूं बख्शणा हुंदा उन्हां नूं मुक्त करवा देंदा है
ਬਖਸ਼ਾ ਕਰ ਦਿੰਦਾ ਹੈ ਇਹਨਾਂ ਵਿੱਚੋਂ। ਕਾਇਆ ਕੋਟ ਗੜੇ ਮੈਂ ਰਾਜਾ, ਕਾਇਆ ਕੋਟ ਕਿਲਾ ਤੇ ਗੜ ਘੜਿਆ ਹੋਇਆ, ਇਹ ਭਾਵ ਬਣਾਇਆ ਹੋਇਆ ਪੈਰਾਂ ਤੋਂ ਸਿਰ ਤੱਕ, ਇਹਦੇ ਵਿੱਚ ਮਨ ਰੂਪੀ ਰਾਜਾ ਤੇ ਮਨ ਨੂੰ ਚਲਾਉਣ ਵਾਲਾ ਤੇਰੇ ਆਸਰੇ ਹੀ ਹੈ। ਗੁਰਮੁਖਾਂ ਦਾ ਵੀ ਮਨ ਹੀ ਹੈ ਤੇ ਮਨਮੁਖਾਂ ਦਾ ਵੀ ਮਨ ਹੀ ਹੈ, ਚੋਰਾਂ ਦਾ ਵੀ ਮਨ ਹੀ ਹੈ, ਠੱਗਾਂ ਦਾ ਵੀ ਮਨ ਹੀ ਹੈ, ਦ੍ਰਿੜ ਵਿਸ਼ਵਾਸੀ ਵੀ ਮਨ ਹੀ ਹੈ ਤੇ ਡੋਲਣ ਵਾਲਾ ਵੀ ਮਨ ਹੀ, ਪਾਰੇ ਦੀ ਤਰ੍ਹਾਂ ਸਭ ਕੁਝ ਤੇਰੇ ਹੁਕਮ ਵਿਚ ਹੀ ਹੈ। ਮਨ ਰੂਪੀ ਰਾਜੇ ਨੂੰ ਹੇ ਰਾਜਾ ਪਰਮੇਸ਼ਰ ਤੂੰ ਚਲਾਉਣ ਵਾਲਾ, ਉਹ ਤੇਰੇ ਗੜੇ ਸਰੀਰ ਅੰਦਰ ਬੈਠਾ ਹੁਕਮ ਚਲਾ ਰਿਹਾ ਹੈ। ਮਨ ਨੇ ਇਸ਼ਾਰਾ ਕੀਤਾ ਪਰਮੇਸ਼ਰ ਦੇ ਹੁਕਮ ਨਾਲ, ਚੱਲ ਉੱਠ ਕਰ ਇਸ਼ਨਾਨ ਕਰ ਨਿਤਨੇਮ, ਚੱਲ ਗੁਰੂ ਘਰ ਕਰ ਸੇਵਾ। ਨਿਮਰਤਾ ਚ ਆ ਗਿਆ ਮਨ, ਆਕੜ ਗਿਆ ਲੋਹੇ ਦੀ ਤਰ੍ਹਾਂ, ਮਾਹੇ ਦੇ ਆਟੇ ਦੀ ਤਰ੍ਹਾਂ ਮਨ। ਮੈਂ ਨੀ ਕਿਸੇ ਨੂੰ ਮੰਨਦਾ, ਮੈਂ ਨੀ ਕਿਤੇ ਜਾਣਾ, ਆਹ ਜਗ ਮਿੱਠਾ ਅਗਲਾ ਕਿ ਮਿੱਠਾ, ਖਾਓ ਪੀਓ ਨੌਜਵਾਨੋ ਦੇਖੀ ਜਾਓ। ਇਹ ਤੇਰੇ ਹੁਕਮ ਵਿਚ ਹੈ, ਤੇਰੇ ਬਾਣੀ ਵਿਚ ਹੈ। ਗੜ ਸਰੀਰ ਕਿਲਾ ਹੱਟ ਬਟਨ ਬਾਜ਼ਾਰ ਸੰਸਾਰ ਸ੍ਰਿਸ਼ਟੀ ਤੇਰੇ ਹੁਕਮ ਤੋਂ ਬਿਨਾਂ ਵੀ ਕੁਝ ਹੈ, ਪਰ ਇਹ ਗਿਆਨ ਸਾਰਿਆਂ ਨੂੰ ਨਹੀਂ, ਇਹ ਯਕੀਨ ਭਰੋਸਾ ਸਾਰਿਆਂ ਨੂੰ ਨਹੀਂ। ਜਿਨ੍ਹਾਂ ਨੂੰ ਹੁਕਮ ਮਨਾਵੇ ਕਿਰਪਾ ਕਰੇ ਉਹਨਾਂ ਨੂੰ ਪਤਾ ਚੱਲਦਾ ਹੈ। ਨੀਬ ਖਵਾਸ ਭਲਾ ਦਰਵਾਜਾ, ਨੀਬ ਚੋਬਦਾਰ ਖਵਾਸ ਚੋਰ ਬਰਦਾਰ, ਭਲਾ ਦਰਵਾਜਾ ਮੁੱਖ ਰੂਪੀ, ਬਾਰਾਂ ਸਭ ਥਾਂ ਪ੍ਰਸਾਦ ਸਰੀਰ ਕਿੰਦਰੇ ਤੂੰ ਆਪ ਹੀ ਬਣਾਉਣਾ ਕੀਤੇ ਹਨ। ਨਿਤਿਆ ਲੋਭ ਨਾਹੀ ਘਰ ਵਾਸਾ, ਲੱਭ ਪਾਪ ਪਛਤਾਏਗਾ। ਮਿਥਿਆ ਝੂਠਾ ਲੋਭ ਜਿਹਦੇ ਵਿਚ ਤੂੰ ਗਰਸਿਆ ਹੋਇਆ, ਲੋਭ ਲਹਿਰ ਸਮਾਨ ਕੇ ਸੰਗਤ ਜਾਇ ਕਰੰਗ ਬਿਖੂ ਮੁਖਲਾਵੇ। ਕਰਗ ਨੂੰ ਮੂੰਹ ਮਾਰਦਾ ਹੈ, ਦਿਖ ਜਹਿਰ ਨੂੰ ਮੂੰਹ ਮਾਰਦਾ ਹੈ, ਨਾ ਹੀ ਘਰ ਵਾਸਾ। ਤੇ ਸਰੂਪ ਰੂਪੀ ਘਰ ਵਿਚ ਵਾਸਾ ਤੇਰਾ ਕਿਤਨਾ, ਬੜੇ ਪਦਾਰਥ ਖਾਣ ਨੂੰ ਦਿੱਤੇ ਨੇ, ਤੋ ਇਸ ਪ੍ਰਕਾਰ ਉਹ ਖਾਣਾ ਕਰ। ਮਿਥਿਆ ਲੋਭ ਝੂਠਾ ਤੇਰਾ ਨਾਸ਼ਵਾਨ, ਸਰੂਪ ਰੂਪੀ ਘਰ ਚ ਵਾਸਾ ਨਹੀਂ ਲੈਣ ਦਿੰਦਾ। ਲੋਭੀ ਜੰਤ ਨ ਜਾਣੀ ਭਖ ਅਭਖ, ਸਭ ਭਖ ਹੁੰਦਾ ਛਕਣਾ, ਅਭਖ ਹੁੰਦਾ ਨਾ ਛਕਣਾ। ਨਾ ਛਕਣ ਵਾਲੀਆਂ ਵਸਤੂਆਂ ਛਕੀ ਜਾਂਦਾ ਫਿਰ ਤੂੰ ਲੋਭੀ ਹੈ ਤੇ ਉਹਦਾ ਗ੍ਰਸਿਆ ਹੋਇਆ। ਇਹ ਇਸ ਪ੍ਰਕਾਰ ਭਖ ਅਭਖ ਵਾਸਾ ਲੱਭ ਪਦਾਰਥਾਂ ਦੇ ਇਕੱਠੇ ਖੜਨ ਦਾ। ਹੁਣ ਛਕ ਤੇ ਲਿਆ ਹੈ ਤੇ ਮੈਂ ਇਕੱਠਾ ਕਰਕੇ ਰੱਖ ਲਾਂ, ਕੱਲ ਪਰਸੋਂ ਨੂੰ ਛਕੂ, ਹੋਰ ਇਕੱਠਾ ਕਰ ਲਾਂ, ਹੋਰ ਇਕੱਠਾ ਕਰ ਲਵਾਂ। ਰੱਜ ਆਉਂਦਾ ਹੀ ਨਹੀਂ। ਹੁਕਮੇ ਲੱਭ ਪਾਪ ਤੇ ਪਾਪ ਆਦਿਕ ਵੀ ਕਰਦਾ ਤੇ ਪਛਤਾਪ ਤੇ ਕਰਨਾ ਪਊ। ਪਛਤਾਪ ਨੀ ਮਨ ਤੋਂ ਦੂਰ ਹੋਣਾ, ਭਾਵ ਮਿਟਣਾ ਨੀ, ਜੋ ਕੀਤਾ ਪਾਉਣਾ ਪਿਆ। ਕਿਵੇਂ ਆਪ ਜੀ ਕਹਿੰਦੇ ਹਨ, ਸਤ ਸੰਤੋਖ ਨਗਰ ਮਹਿਕਾਰੇ। ਇਸ ਪਾਪ ਦਾ ਇਸ ਰੋਗ ਦਾ ਇਲਾਜ ਕਹਿੰਦੇ ਸਤ ਸੰਤੋਖ, ਸੰਤੋਖੀ ਬਣ ਜਾ, ਸਤ ਨੂੰ ਮੁੱਖ ਰੱਖ। ਇਸ ਨਗਰ ਦੀ, ਸਰੀਰ ਦੇ ਰੂਪੀ ਨਗਰ ਦੀ, ਇਨ੍ਹਾਂ ਵਿਕਾਰਾਂ ਦੀ, ਇਨ੍ਹਾਂ ਪਾਪਾਂ ਦੀ ਕਾਰੀ ਦਵਾਈ ਸਤ ਸੰਤੋਖ, ਉਹ ਵਰਤਣਾ ਕਰ ਕਾਰੀ ਦਵਾਈ। ਸਤ ਸੰਤੋਖ ਨੂੰ ਮੁੱਖ ਰੱਖ ਕੇ ਲਵ ਪਾਪ ਤੋਂ ਦੂਰ ਹੋਣਾ ਹੋਇਆ ਜਾਣਾ ਹੈ। ਉਸ ਤਰ੍ਹਾਂ ਨਹੀਂ, ਇਹ ਸਤ ਸੰਤੋਖ ਦੇਣ ਵਾਲਾ ਮਾਰਗ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਆਪ ਹੈ, ਹੋਰ ਕਿਤੇ ਨੀ ਕਿਸੇ ਕੀਮਤ ਤੋਂ ਮਿਲਣਾ। ਕਿਵੇਂ ਕਹਿੰਦੇ ਹੋਰ ਕੀ ਕਰੀਏ ਜੀ, ਜਾਤ ਸਤ ਸੰਜਮ ਸਰਨ ਮੁਰਾਰੇ। ਕਾਦਾਰੀ ਜੱਤੀ ਹੋਈਏ, ਸਤ ਪਤੰਗੀ ਹੋਈਏ, ਸਰੀਰ ਕਿਤਰਿਆਂ ਦਾ ਸੰਜਮ ਰੱਖੀਏ ਤੇ ਮੁਰ ਦੈਂਤਾਂ ਦਾ ਅਰੀ ਵੈਰੀ ਉਹਦੀ ਸ਼ਰਨ ਪਈ, ਅਕਾਲ ਪੁਰਖ ਦੀ ਸ਼ਰਨੀ ਪਈਏ, ਆਪਣੇ ਆਪ ਨਾ ਕੁਝ ਬਣੀ ਫਿਰੀਏ, ਤਾਂ ਪ੍ਰਾਪਤੀ ਤਾਂ ਬਚਾ ਹੋਵੇਗਾ। ਨਾਨਕ ਸਹਿਜ ਮਿਲੇ ਜਗ ਜੀਵਨ, ਗੁਰਸਬ ਜੀ ਪਾਤ ਪਾਏਗਾ। ਗੁਰੂ ਨਾਨਕ ਪਾਤਸ਼ਾਹ ਸੋਲਵੀ ਆਖਰੀ ਇਸ ਪੰਕਤੀ ਵਿਚ ਨਾਨਕ ਸਹਿਜ ਸਹਿਜੇ ਸਹਿਜ ਸਹਿਜ ਗਿਆਨ ਜਿਹੜੇ ਜਗਤ ਜੀਵਨ ਆਸਰਾ ਦੇਣ ਵਾਲਾ, ਜਗਤ ਨੂੰ ਜੀਵਨ ਦਾਨ ਦੇਣ ਵਾਲਾ ਗੁਰੂ ਕਾ ਸ਼ਬਦ ਤੇ ਪਤ ਆਵਰੋ ਇਜਤ, ਇਸ ਲੋਕ ਵਿਚ ਵੀ ਪ੍ਰਲੋਕ ਵਿਚ ਵੀ ਤੂੰ ਤਾਂ ਪਾਏ, ਤਾਂ ਤੈਨੂੰ ਪ੍ਰਾਪਤ ਹੋਵੇਗੀ ਤੇ ਗੁਰੂ ਦੀ ਕਿਰਪਾ ਦਾ ਪਾਤਰ ਬਣੇਗਾ, ਸਤ ਸੰਤੋਖ ਨੂੰ ਧਾਰਨ ਕਰੇਗਾ, ਨਾਮ ਰੂਪੀ ਪਾਪ ਸਤ ਸੰਤੋਖ ਦੁਆਰੀ ਵਰਤੇਗਾ, ਲਭ ਲੋਭ ਦੇ ਰੋਗ ਤੋਂ ਬਚੇਗਾ, ਨਿਕ ਨਹੀਂ ਬਚਿਆ ਜਾ। ਇਸ ਪ੍ਰਕਾਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਸ਼ਬਦ ਵਿਚ ਸੁਭ ਸਿੱਖਿਆ ਸਾਨੂੰ ਦਿੱਤੀ ਹੈ। ਗੁਰੂ ਚਰਨਾਂ ਚ ਬੇਨਤੀ ਕਰੀਏ, ਮਹਾਰਾਜ ਸਾਹਿਬ ਤੇਰੇ ਹਾਂ, ਬੁਰੇ ਹਾਂ, ਭਰੇ ਹਾਂ, ਤੂੰ ਹੀ ਕਿਰਪਾ ਕਰਿਓ ਤੇ ਰੱਬ ਦੇ ਸਾਡੇ ਮਨ ਵਿਚ ਵੱਸ, ਇਹਨੂੰ ਕਮਾਉਂਦੇ ਹੋਈਏ ਲੋਕ ਸੁਖੀ, ਪਰਲੋਕ ਸੁਹਿਲਦੇ, ਨਾਨਕ ਹਰ ਪ੍ਰਵਾਸੇ ਮਿਲਦੇ।
सात संतोख नगर महकारी जात सात संजम शरण मुरारी नानक सहज मिले जग जीवन गुरु सब दी पात पाएगा। वाहिगुरु जी का खालसा वाहिगुरु जी की फतेह।